पंजाब यानी पंजा दरियावां दी धरती। अमर आर्ट्स पेश करते हैं एकम रेडियो। एकम रेडियो प्रोग्राम वेखते सुन रहे सारे ही स्रोतियां नूं एक सैकंड दे विच वापस आना पैना जी। फोटो एकम रेडियो प्रोग्राम वेखते सुन रहे सारे ही स्रोतियां दे दर्शकों नूं अमरजीत सिंह राय वालों सत्कार अते मुहब्बत नाल सत श्री अकाल। तुहाडा सारयां दा बहुत बहुत स्वागत जी आयां नूं। स्टूडियो 'च 3:02 हो चुके ने ते 4 बजे तक प्रोग्राम तुहाडे नाल रहेगा और हुण फोटो आउण लग पई है। तो क्योंकि प्रोग्राम दे विच तुसीं जदों सानूं वेखदे हो सुणदे हो ते दोवें चीज़ां नालों नाल चलणियां हुंदियां। तो जिहड़े लोक घरां विच ने उह IPTV दे उत्ते सानूं वेख रहे ने जां फिर साडा फेसबुक चैनल आ उहदे उत्ते एकम रेडियो ते जाके जां फिर यूट्यूब चैनल है जां फिर तुसीं जिहड़े होर सोशल मीडिया दे प्लेटफॉर्म ने उहनां सारयां दे उत्ते सानूं जिहड़े व्हाट्सएप दे उत्ते साडे मित्र दोस्त ने उहनां नूं असीं लिंक भेज दिंदे हुंदे आ। तो प्रोग्राम नूं तुसीं वेखदे हो सुणदे हो तुहाडा सारयां दा धन्नवाद है। फीडबैक दिंदे हो बिजनेसमैन लेडीज़ जिहड़ियां ਭੈਣਾਂ ਭਰਾ ਨੇ ਉਹ ਸਾਨੂੰ ਬਿਜ਼ਨਸ ਦਿੰਦੇ ਨੇ। ਇੰਡੀਆ ਤੋਂ ਸਾਡੀ ਕੋਸ਼ਿਸ਼ ਹੈ ਜੇ ਤੁਸੀਂ ਕੱਲ੍ਹ ਸਾਡਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕੀਤਾ ਹੋਵੇ ਜਾਂ ਫੋਲੋ ਕਰਦੇ ਹੋਵੋ ਫੇਸਬੁੱਕ 'ਤੇ ਤਾਂ ਅਸੀਂ ਉੱਥੇ ਨਾਲੋਂ ਨਾਲ ਮੈਂ ਤਕਰੀਬਨ ਰਾਤ ਸਵੇਰੇ 5 ਵਜੇ ਸੁੱਤਾਂ ਤੋਂ ਉੱਥੋਂ ਨਾਲੋਂ ਨਾਲ ਅਸੀਂ ਚੱਲਦੇ ਸੀ ਇੱਕ ਦੂਸਰੇ ਨਾਲ ਕਿਉਂਕਿ ਵਿਗਿਆਨ ਭਵਨ ਤੋਂ ਲਾਈਵ ਅਸੀਂ ਨਾਲੋਂ ਨਾਲ ਕਰਦੇ ਸਾਂ। ਤੋਂ ਸਿੱਟਾ ਕੋਈ ਨਹੀਂ ਨਿਕਲਿਆ 11ਵੀਂ ਮੀਟਿੰਗ ਤੋਂ ਬਾਅਦ ਵੀ। ਹੁਣ ਤਾਂ ਇੱਥੋਂ ਤੱਕ ਗੱਲ ਪਹੁੰਚ ਗਈ ਉਹ ਕਹਿੰਦੇ ਤੁਸੀਂ ਆਪਣੇ ਘਰ ਅਤੇ ਅਸੀਂ ਆਪਣੇ ਘਰ ਆਪਣਾ ਆਪਣਾ ਵੇਖੋ ਕਿੱਦਾਂ ਕਰਨਾ ਹੈ। ਸਰਕਾਰਾਂ ਇੱਦਾਂ ਥੋੜ੍ਹੂ ਕਹਿੰਦੀਆਂ ਹੁੰਦੀਆਂ, ਇੱਦਾਂ ਨਹੀਂ ਕਹਿੰਦੀਆਂ ਹੁੰਦੀਆਂ ਸਰਕਾਰਾਂ। ਔਰ ਉਹਨੂੰ ਵਾਏ ਉਹਨਾਂ ਨੇ ਇਹ ਗੱਲ ਕਹਿਤੀ ਕਿ ਤੁਸੀਂ ਆਪਣੇ ਘਰ ਅਸੀਂ ਆਪਣੇ ਘਰ। 26 ਜਨਵਰੀ ਦਾ ਨਹੀਂ ਪਤਾ ਰੁੜਦੂ ਸਿੰਘ ਹੋਰਾਂ ਦੀ ਕਾਰ ਤੋੜ ਦਿੱਤੀ ਪੁਲਿਸ ਨੇ, ਤੋ ਟਰੈਕਟਰਾਂ ਦੀਆਂ ਹਵਾ ਕੱਢੀਆਂ ਗਈਆਂ ਪੁਲਿਸ ਵੱਲੋਂ। ਤੋ ਲੈਟਸ ਸੀ ਆਪਣੇ ਦੇਸ਼ ਦੀ ਸਰਕਾਰ ਜਿਹੜੀ ਆ ਉਹ ਮਾਂ ਪਿਓ ਦੇ ਬਰਾਬਰ ਹੁੰਦੀ ਆ, ਮਾਂ ਪਿਓ ਦੇ ਬਰਾਬਰ ਸਰਕਾਰ ਜਿਹੜੀ ਆ, ਜਿਵੇਂ ਸਾਡੇ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਇਸੇ ਤਰ੍ਹਾਂ ਜਿਹੜੇ ਨਾਗਰਿਕ ਹੁੰਦੇ ਨੇ ਕਿਸੇ ਦੇਸ਼ ਦੇ ਉਹਨਾਂ ਦੀਆਂ ਲੋੜਾਂ ਸਰਕਾਰ ਮਾਂ ਪਿਓ ਵਾਂਗੂ ਪੂਰੀਆਂ ਕਰਦੀ ਆ। ਉਹਨਾਂ ਨੂੰ ਉਹਨਾਂ ਦੇ ਦੁੱਖ ਦਾ ਪਤਾ ਹੋਣਾ ਚਾਹੀਦਾ। ਸਾਡੇ ਇੱਥੇ ਰੋ ਰੋ ਕੇ
ਰੋ ਰੋ ਕੇ ਬੇਹਾਲ ਹੋ ਜਾਂਦੇ ਨੇ ਬੱਚੇ ਅਤੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਸਵਾਮੀ ਰਾਮ ਤੀਰਥ ਦੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ। ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਦੇਵਤਾ ਹੈ ਨਾ, ਜਿਹੜਾ ਰੱਬ ਹੈ, ਜਿਹੜਾ ਗੁਰੂ ਹੈ, ਜਿਹੜਾ ਤੁਹਾਡਾ ਪਾਲਣਹਾਰ ਹੈ, ਉਹਦੇ ਕੋਲੋਂ ਤੁਹਾਨੂੰ ਕੋਈ ਚੀਜ਼ ਮੰਗਣ ਦੀ ਲੋੜ ਨਹੀਂ। ਉਹਨੂੰ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਮਾਂ ਪਿਓ ਨੂੰ ਆਪਣੇ ਆਪ ਹੀ ਪਤਾ ਹੁੰਦਾ ਨਾ ਬੱਚਿਆਂ ਦਾ। ਇੱਕ ਗੀਤ ਹੁੰਦਾ ਸੀ, ਦੁੱਖ ਬੋਲ ਕੇ ਜੀ ਦੱਸਿਆ ਅਤੇ ਕੀ ਦੱਸਿਆ। ਗੁਰਬਾਣੀ 'ਚ ਬਹੁਤ ਕਮਾਲ ਦਾ ਲਿਖਿਆ ਹੋਇਆ ਗੁਰੂ ਸਾਹਿਬਾਨਾਂ ਨੇ ਕਿ ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਜਿਹੜਾ ਗੁਰੂ ਰੱਬ ਹੁੰਦਾ ਨਾ, ਉਹ ਵੀ ਬਿਨਾਂ ਬੋਲੇ ਤੋਂ ਸਾਰਾ ਕੁਝ ਜਾਣਦਾ ਹੈ, ਉਹਦੇ ਅੱਗੇ ਦੱਸਣ ਦੀ ਲੋੜ ਨਹੀਂ ਪੈਂਦੀ। ਤੋ ਸਰਕਾਰਾਂ ਜਿਹੜੀਆਂ ਨੇ ਇਹ ਵੋਟਾਂ ਪਾ ਕੇ ਚੁਣੀਆਂ ਹੁੰਦੀਆਂ, ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਜਿਹੜੇ ਲੋਕ ਨੇ ਇਹਨਾਂ ਦੇ ਦੁੱਖ ਦਰਦ ਕੀ ਨੇ, ਇਹਨਾਂ ਨੂੰ ਪਹਿਲਾਂ ਹੀ ਕਹਿਣ ਤੋਂ ਦੂਰ ਕਰ ਦੇਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਔਰਤ ਆਈ ਅਤੇ ਉਹਨੂੰ ਕਹਿੰਦੀ, ਮੈਂ ਤੇਰੇ ਰਾਜ ਦੇ ਇਸ ਹਿੱਸੇ ਦੇ ਵਿੱਚ ਰਹਿੰਦੀ ਹਾਂ ਅਤੇ ਉੱਥੇ ਦਾ ਹਾਕਮ ਜਿਹੜਾ ਹੈ, ਜਿਹੜਾ ਤੂੰ ਨਿਯੁਕਤ ਕੀਤਾ ਹੋਇਆ ਬੰਦਾ, ਉਹ ਸਾਡੇ ਨਾਲ ਇਨਸਾਫ ਨਹੀਂ ਕਰਦਾ। ਅਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ ਪ੍ਰਾਊਡ ਹੋਇਆ ਵੀ ਮੇਰਾ ਰਾਜ ਬਹੁਤ ਵੱਡਾ ਹੈ। ਕਹਿੰਦਾ, ਮਾਤਾ ਮੈਨੂੰ ਪਤਾ ਹੀ ਨਹੀਂ, ਤੂੰ ਉਹ ਇਲਾਕੇ ਦੇ ਵਿੱਚ ਮੈਂ ਕਦੇ ਗਿਆ ਹੀ ਨਹੀਂ, ਜਸਟ ਗੱਲ ਕਰਨ ਦੇ ਲਈ। ਅਤੇ ਉਹ ਕਹਿੰਦੀ, ਫਿਰ ਜੇ ਤੂੰ ਉਸ ਇਲਾਕੇ 'ਚ ਕਦੇ ਗਿਆ ਨਹੀਂ ਨਾ, ਉੱਥੇ ਦੀ ਪਰਜਾ ਦਾ ਨਹੀਂ ਪਤਾ, ਤੈਨੂੰ ਉੱਥੇ ਰਾਜ ਕਰਨ ਦਾ ਵੀ ਹੱਕ ਨਹੀਂ ਗਾ। ਜੇ ਤੈਨੂੰ ਪਤਾ ਹੀ ਨਹੀਂ ਤੇਰੇ ਦੇਸ਼ ਦੇ ਫਲਾਨੇ ਕੋਨੇ ਦੇ ਵਿੱਚ ਕੀ ਹੋਇਆ, ਤਾਂ ਫਿਰ ਤੈਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਭੇਸ ਬਦਲ ਬਦਲ ਕੇ ਲੋਕਾਂ ਦੇ ਦੁੱਖੜੇ ਸੁਣਦਾ ਹੁੰਦਾ ਸੀ ਕਿ ਕੋਈ ਭੁੱਖਾ ਤਾਂ ਨਹੀਂ ਸੌਂਦਾ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ। ਸੋ ਇੱਦਾਂ ਦੇ ਰਾਜੇ ਇੱਕ ਵਾਰੀ ਕਾਲ ਪੈ ਗਿਆ ਅਤੇ ਬੂਹੇ ਖੋਲ੍ਹ ਦਿੱਤੇ ਸਾਰੇ। ਬਹੁਤ ਕਮਾਲ ਦੀ ਕਵਿਤਾ ਹੈ ਵਿਧਾਤਾ ਸਿੰਘ ਤੀਰ ਹੋਰਾਂ ਦੀ, ਤੁਸੀਂ ਕਈ ਵਾਰ ਸੁਣੀ ਹੋਣੀ ਆ। ਤੋ ਲਓ ਗੀਤ ਤੁਹਾਨੂੰ ਸੁਣਾਉਣਾ ਇੱਕ, ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ। ਤੋ ਮੇਰਾ ਖਿਆਲ ਆ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ, ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੇ ਧਰਨੇ ਤੋਂ ਜੇ ਨਹੀਂ ਪਤਾ ਲੱਗਦਾ ਸਰਕਾਰ ਨੂੰ, ਫਿਰ ਮੈਨੂੰ ਨਹੀਂ ਪਤਾ ਕਿੱਦਾਂ ਪਤਾ ਲੱਗਣਾ। ਇਹ ਗੀਤ ਸੁਣਦੇ ਹਾਂ, ਫਿਰ ਅਗਲੀਆਂ ਗੱਲਾਂ ਕਰਾਂਗੇ। ਨੰਬਰ ਹੈ ਸਾਡਾ 905-612-1314, ਵਟਸਐਪ ਦਾ ਨੰਬਰ ਹੈ 416-425-2627। ਇਹ ਰੋਗ ਅਵਲਣੇ ਇਸ਼ਕੇ ਦੇ ਲੱਗ ਜਾਂਦੇ ਆਪ ਮੁਹਾਰੇ ਨੇ, ਉਹ ਕਮਲੇ ਹੋ ਕੇ ਫਿਰਦੇ ਨੇ ਯਾਰਾ ਜੋ ਵੀ ਇਸ਼ਕ ਦੇ ਮਾਰੇ। ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਤੇਰੇ ਇਸ਼ਕ 'ਚ ਰੱਬ ਨੂੰ ਪਾ ਲਿਆ ਏ, ਜਿਹਨੂੰ ਆਖਦੇ ਨੇ ਰੋਗ ਉਹੀ ਲਾ ਲਿਆ ਏ। ਤੂੰ ਬਾਰਿਸ਼ ਕਿਦਾਂ ਕਰੇ ਸੱਜਣਾ। ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਇਸ਼ਕ 'ਚ ਜੋਗੀ ਬਣਿਆ ਨੇ, ਤੇਰੇ ਰੰਗ ਵਿੱਚ ਖੁਦ ਨੂੰ ਰੰਗ ਲਿਆਏ। ਅੱਖਾਂ ਮੀਟ ਦੁਆਵਾਂ ਕਰ ਕਰਕੇ ਉਸ ਰੱਬ ਤੋਂ ਤੈਨੂੰ ਮੰਗ ਲਿਆਏ। ਤੂੰ ਮੇਰਾ ਸੋਹਣਾ ਮਾਹੀ ਵੇ, ਮੈਂ ਤੇਰੇ ਨਾਲ ਹੀ ਲਾਈ ਵੇ। ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਮੇਰੇ ਨੈਣਾਂ ਦੀ ਗੱਲ ਸੁਣ ਸੱਜਣਾ, ਅਸੀਂ ਤੇਰੇ ਹੋ ਗਿਆ ਹੁਣ ਸੱਜਣਾ। ਮੇਰੇ ਨੈਣਾਂ ਦੀ
ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਸਾਡੇ ਬਲ ਪਾਵੇਂ ਦਿਲ ਦੇ ਦਿੱਤਾ ਹੁਣ ਤੈਨੂੰ ਵੇ ਹਾਂ ਡਰ ਲੱਗਦਾ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਿਆ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ ਮੇਰੇ ਨੈਣਾ ਦੀ ਗੱਲ ਸੁਣ ਸਜਣਾ ਅਸੀਂ ਤੇਰੇ ਹੋ ਗਏ ਹੁਣ ਸਜਣਾ Asian food center ਤੇ ਇੰਨੇ ਸਸਤੇ ਦਾ ਜਿੱਥੇ ਹਰ ਚੀਜ਼ ਦੀ ਹੈ ਕੁਆਲਿਟੀ ਲਾਜਵਾਬ ਹਾਰ ਗਈ ਮਹਿੰਗਾਈ ਜੀਤੇ ਹਮ Wow, tasty. क्या रेसिपी चेंज की है नहीं मैंने चेंज किया है सिर्फ शॉपिंग की जगह एशियन फूड सेंटर बात क्या बात एशियन फूड सेंटर टोरंटो एरिया दा मशहूर रेस्टोरेंट जी हां गल कर रहे हैं स्वीट मैल दी जिथे स्वीट मैल दे लाजवाब खाने दा ता कोई मुकाबला है ही नहीं उत्ते ही कोरोना वायरस दे चलदे तुहाडी सेहत अते सेफ्टी दा खास ख्याल रखदे हां सिटी वल्लों दित्तियां गईयां सारियां गाइडलाइंस जिवें के सोशल डिस्टेंस मार्किंग पेमेंट काउंटर ते प्रोटेक्शन ग्लास सारे स्टाफ दे ग्लव्स अते मास्क एंट्री गेट ते सैनिटाइजर अते नो कैश पेमेंट सिर्फ कार्ड पेमेंट ही लई जांदी है स्वादिष्ट खाने अते हर छोटी वड्डी पार्टी दी केटरिंग लई नंबर कमल 680 रेक्सडेल बुलेवार ਵਰਡ 416-679-9991 416-679-9191 ਸਵੀਟ ਮਹਿਲ ਆਪਣੇ ਟਰੱਕਾਂ ਨੂੰ ਦੁਨੀਆ ਭਰ ਦੀ ਕਿਸੇ ਵੀ ਨੇਮ ਬ੍ਰਾਂਡ ਕੰਪਨੀ ਦੇ ਟਾਇਰ ਪਾਉਣ ਅਤੇ ਵੀਲ ਅਲਾਈਨਮੈਂਟ ਲਈ ਇੱਕ ਭਰੋਸੇ ਵਾਲਾ ਨਾਮ ਪਾਪੂਲਰ ਟਾਇਰ ਗੱਡੀ ਜੱਟ ਦੀ ਤੇ ਧੂੜਾ ਪਈ ਪੱਟ ਦੀ ਨੀ ਤੇਲ ਪਾਣੀ ਫੁੱਲ ਰੱਖ ਦੇ ਚੱਲੀ ਗਏ ਛੇਤੀ ਛੇਤੀ ਪਾ ਲੈ ਕੱਪੜੇ ਨੀ ਪਾਪੂਲਰ ਟਾਇਰ ਤੇ ਟਾਇਰ ਪਾਉਣ ਚੱਲੀਏ ਸੁਚੱਜਾ ਕੰਮ ਕਾਜ ਇਮਾਨਦਾਰੀ ਅੱਜ ਇਹ ਸਾਡੀ ਕਾਮਯਾਬੀ ਦਾ ਮੀਲ ਪੱਥਰ ਰਾਇਲ ਕੈਨੇਡੀਅਨ ਰੀਅਲਟੀ ਬ੍ਰੋਕਰੇਜ ਏਜੰਟ ਬਣ ਜੁਆਇਨ ਕਰੋ ਆਪਾਂ ਮਿਲ ਕੇ ਉਡਾਰੀ ਭਰਾਂਗੇ ਰਾਇਲ ਕੈਨੇਡੀਅਨ ਰੀਅਲਟੀ ਬ੍ਰੋਕਰੇਜ ਮੇਕ ਅਸ ਪਾਰਟ ਆਫ ਯੂਰ ਫੈਮਿਲੀ ਬਿਕਾਜ਼ ਵੀ ਕੈਨ ਟੇਕ ਕੇਅਰ ਆਫ ਯੂ ਐਂਡ ਬਿਕਾਜ਼ ਵੀ ਬਿਲੀਵ ਇਨ ਦ ਬੈਸਟ ਪੁਸ਼ਪਿੰਦਰ ਗਿੱਲ ਐਂਡ ਟੀਮ ਐਟ ਰਾਇਲ ਕੈਨੇਡੀਅਨ ਰੀਅਲਟੀ 905-364-0727 ਰਾਇਲ ਕੈਨੇਡੀਅਨ ਬਿਲੀਵ ਇਨ ਦ ਬੈਸਟ ਪੰਜਾਬੀਆਂ ਦੀ ਮਸ਼ਹੂਰ ਟਰੱਕਿੰਗ ਕੰਪਨੀ ਟ੍ਰਾਂਸਫੋਰ ਨੂੰ ਲੋਕਲ ਅਤੇ ਮੋਂਟਰੀਅਲ ਲਈ ਕੰਪਨੀ ਡਰਾਈਵਰ ਅਤੇ ਓਨਰ ਆਪਰੇਟਰ ਚਾਹੀਦੇ ਹਨ ਲੋਕਲ ਕੰਪਨੀ ਡਰਾਈਵਰ 1 ਮਹੀਨੇ 'ਚ 6,000 ਓਨਰ ਆਪਰੇਟਰ ਲੋਕਲ 10,000 ਅਤੇ ਹਾਈਵੇ 'ਤੇ $15,000+ ਬਣਾ ਸਕਦੇ ਹਨ ਸਕੈਜੂਅਲ ਫਲੈਕਸੀਬਲ ਹੈ ਅਤੇ ਹਰ ਰੋਜ਼ ਘਰ ਆ ਸਕਦੇ ਹੋ ਕਿਸੇ ਜਾਣਕਾਰੀ ਲਈ ਟ੍ਰਾਂਸਫੋਰ ਦੇ ਸਿਮਰਤ ਨੂੰ ਕਾਲ ਕਰੋ 416-858-9032 416-858-9032 ਟ੍ਰਾਂਸਫੋਰ ਨਾਲ ਲੋਕਲ ਕੰਮ ਕਰੋ ਅਤੇ ਚੰਗੇ ਡਾਲਰ ਬਣਾਓ CWC ਇਮੀਗ੍ਰੇਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇੰਡੀਆ ਤੋਂ ਪੱਕੇ ਤੌਰ ਤੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਸੱਜਣ ਨੂੰ ਇੱਥੇ ਸੱਦਣਾ ਹੋਵੇ ਬਹੁਤ ਸਾਰੇ ਰਾਹ ਖੁੱਲੇ ਨੇ CWC ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਜੀ ਨਾਲ ਸੰਪਰਕ ਕਰੋ 905-670-4444 905-670-4444 ਰੀਅਲ ਅਸਟੇਟ ਦੇ ਹਰ ਪੱਖ ਤੋਂ ਜਾਣੂ ਗੋਪਾਲ ਸਿੰਘ ਰਾਣੂ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਗੋਪਾਲ ਰਾਣੂ ਦੇ ਗੂਗਲ ਤੇ ਵੀ 5 ਸਟਾਰ ਰਿਵਿਊਜ਼ ਨੇ ਟੌਪ ਨੈਗੋਸ਼ੀਏਟਰ
ਬ੍ਰੋਕਰ ਗੋਪਾਲ ਸਿੰਘ ਰਾਣੂ 6472940567 6472940567 ਰੀਮੈਕਸ ਰੀਅਲ ਅਸਟੇਟ ਸੈਂਟਰ ਦੇ ਗੋਪਾਲ ਸਿੰਘ ਰਾਣੂ ਰੀਅਲ ਅਸਟੇਟ ਦੇ ਹਰ ਪੱਖ ਤੋਂ ਜਾਣੂ ਗੋਪਾਲ ਸਿੰਘ ਰਾਣੂ ਹਰ ਤਰ੍ਹਾਂ ਦੇ ਖੁਸ਼ੀ ਦੇ ਸਮਾਗਮਾਂ ਵਾਸਤੇ ਕੇਕ ਲੈਣ ਲਈ ਇੱਕ ਨਾਮ ਯਾਦ ਰੱਖੋ A1 ਕੇਕ ਐਂਡ ਪੇਸਟਰੀਜ਼ ਬਰਥਡੇ ਐਨਿਵਰਸਰੀ ਵਿਆਹ ਸ਼ਾਦੀ ਜਾਂ ਕਿਸੇ ਵੀ ਖੁਸ਼ੀ ਦੇ ਸਮਾਗਮ ਲਈ ਆਟਾ ਸੂਜੀ ਗੁੜ ਅਤੇ ਬਿਨਾਂ ਸ਼ੂਗਰ ਦੇ ਬਿਸਕੁਟ ਵੀ ਲੈ ਸਕਦੇ ਹੋ ਪਿਓਰ ਵੈਜੀਟੇਰੀਅਨ ਕੇਕ ਅਤੇ ਪੇਸਟਰੀਜ਼ ਲੈਣ ਲਈ ਆਓ 1075 ਲੋਰੀਮਾ ਡਰਾਈਵ ਮਿਸੀਸਾਗਾ ਜਾਣਕਾਰੀ ਲਈ ਕਾਲ ਜਸਪਾਲ ਨਾਗਰਾ 905-564-2663 905-564-2663 A1 ਕੇਕ ਐਂਡ ਪੇਸਟਰੀਜ਼ ਸੁਪਰ ਵੀਜ਼ਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਹੈ ਜਿਸ ਦੇ ਨਾਲ ਸਾਡੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ 8 ਹਫ਼ਤੇ ਦੇ ਅੰਦਰ ਅੰਦਰ ਸਾਡੇ ਕੋਲ ਕੈਨੇਡਾ ਆ ਸਕਦੇ ਹਨ ਕੈਨੇਡੀਅਨ ਇਮੀਗ੍ਰੇਸ਼ਨ ਦੇ ਅਨੁਸਾਰ ਹਰ ਮਹੀਨੇ 1,000 ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਕੋਲ ਕੈਨੇਡਾ ਆ ਰਹੇ ਹਨ ਸੁਪਰ ਵੀਜ਼ਾ ਅਪਲਾਈ ਕਰਨ ਦੇ ਲਈ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਕੋਲੋਂ$1,00,000 ਦੀ ਮੈਡੀਕਲ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਹੈ ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬੈਸਟ ਪ੍ਰਾਈਸਿਸ ਦੇ ਲਈ ਸਕਰੀਨ 'ਤੇ ਆ ਰਹੇ ਨੰਬਰਸ 'ਤੇ ਮੈਨੂੰ ਹੁਣੇ ਕਾਲ ਕਰੋ ਤੁਹਾਡੇ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਡਿਕਸੀ ਗੁਦਰਾ ਸਾਹਿਬ ਦੇ ਬਿਲਕੁਲ ਕੋਲ 1332 ਖਾਲਸਾ ਡਰਾਈਵ ਤੇ ਖੁੱਲ ਚੁੱਕਾ ਹੈ ਡਿਕਸੀ ਮੈਡੀਕਲ ਕਲੀਨਿਕ ਜਿਸ ਵਿੱਚ ਫਾਰਮੇਸੀ ਹੈ ਵਾਕ ਇਨ ਕਲੀਨਿਕ ਹੈ ਜਿਸ ਦੇ ਨਾਲ ਨਾਲ ਕਾਇਰੋਪ੍ਰੈਕਟਰ ਅਤੇ ਲੈਬ ਔਨ ਸਾਈਟ ਹੈ ਤੁਸੀਂ ਆਨਲਾਈਨ ਦਵਾਈਆਂ ਆਰਡਰ ਕਰਕੇ ਪਿਕਅਪ ਕਰ ਸਕਦੇ ਹੋ ਜਾਂ ਦਵਾਈਆਂ ਤੁਹਾਡੇ ਘਰ ਡਿਲੀਵਰ ਵੀ ਕੀਤੀਆਂ ਜਾ ਸਕਦੀਆਂ ਨੇ ਡਿਕਸੀ ਗੁਦਰਾ ਸਾਹਿਬ ਦੇ ਬਿਲਕੁਲ ਕੋਲ ਡਿਕਸੀ ਮੈਡੀਕਲ ਕਲੀਨਿਕ 905-696-7070 ਹਰੇਕ ਤਰ੍ਹਾਂ ਦੀ ਪਹਿਲੀ ਦੂਜੀ ਮੋਰਗੇਜ ਜਾਂ ਟਰੱਕ ਲੋਨ ਲੈਣ ਲਈ ਇੱਕ ਭਰੋਸੇ ਵਾਲਾ ਨਾਮ ਜਸ ਭੁੱਲਰ ਹਰ ਤਰ੍ਹਾਂ ਦੀ ਲਾਈਨ ਆਫ ਕ੍ਰੈਡਿਟ ਅਤੇ ਬਿਜ਼ਨਸ ਲੋਨ ਦੀਆਂ ਸਾਰੀਆਂ ਸਰਵਿਸਿਜ਼ ਲੈਣ ਲਈ ਕਾਲ ਜਸ ਭੁੱਲਰ 22 ਸਾਲਾਂ ਦਾ ਤਜਰਬਾ ਅਤੇ ਇਮਾਨਦਾਰੀ ਦੀ ਮਿਸਾਲ ਜਸ ਭੁੱਲਰ 416-732-2611 ਸਪੈਸ਼ਲਾਈਜ਼ਡ ਇਨ ਕਮਰਸ਼ੀਅਲ ਮਾਰਗੇਜ 416-732-2611 ਆਲ ਕਾਈਂਡ ਆਫ ਮਾਰਗੇਜਸ ਐਂਡ ਲੋਨ ਪਲੀਜ਼ ਕਾਲ ਜਸ ਭੁੱਲਰ ਜੇਕਰ ਡਾਲਰ ਦਾ ਵੱਧ ਰੇਟ ਲੈ ਕੇ ਇੰਡੀਆ ਨੂੰ ਪੈਸੇ ਭੇਜਣੇ ਹਨ ਜਾਂ ਇੰਡੀਆ ਤੋਂ ਪੈਸੇ ਮੰਗਵਾਉਣੇ ਹਨ ਤਾਂ ਅਪਰਾ ਟ੍ਰੇਡਿੰਗ ਮਨੀ ਐਕਸਚੇਂਜ ਗਰੰਟੀ ਨਾਲ ਡਾਲਰ ਦਾ ਸਭ ਤੋਂ ਵੱਧ ਰੇਟ ਮਿਲੇਗਾ ਅਪਰਾ ਟ੍ਰੇਡਿੰਗ ਮਨੀ ਐਕਸਚੇਂਜ ਜਗਤਾਰ ਢਾਹ ਨਾਲ ਸੰਪਰਕ ਕਰੋ 905-794-3233 905-794-3233 ਡਾਲਰ ਦਾ ਵੱਧ ਰੇਟ ਲੈਣ ਲਈ ਅਪਰਾ ਟ੍ਰੇਡਿੰਗ ਮਨੀ ਐਕਸਚੇਂਜ ਜੇਕਰ ਤੁਸੀਂ ਕੋਈ ਅਜਿਹੀ ਜ਼ਮੀਨ ਖਰੀਦੀ ਹੈ ਜਿਹੜੀ ਉੱਚੀ ਨੀਵੀਂ ਹੈ ਟੋਏ ਟਿੱਬੇ ਨੇ ਰੁੱਖ ਝਾੜੀਆਂ ਨੇ ਤਾਂ ਕਾਲ ਕਰੋ ਰਵਿੰਦਰ ਸਿੰਘ ਨੂੰ ਬਿਲਕੁਲ ਜ਼ਮੀਨ ਨੂੰ ਪੱਧਰੀ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਉਹਦੇ 'ਚ ਲੁੱਕ ਜਾਂ ਬਜਰੀ ਪਾਉਣੀ ਹੈ ਫੈਂਸ ਲਾਉਣੀ ਹੈ ਲਾਈਟਾਂ ਲਾਉਣੀਆਂ ਨੇ ਜਾਂ ਟਰੱਕ ਯਾਰਡ ਬਣਾਉਣਾ ਹੈ ਤਾਂ ਕੁਝ ਦਿਨਾਂ ਦੇ ਵਿੱਚ ਹੀ ਇਹ ਸਾਰਾ ਕੰਮ ਹੋ ਸਕਦਾ ਹੈ ਕਾਲ ਰਵਿੰਦਰ ਸਿੰਘ ਪੁਰਾਣਾ ਘਰ ਕੋਈ ਡੈਮੋਲਿਸ਼ ਕਰਨਾ ਜਾਂ ਨਵੇਂ ਦੀਆਂ ਨੀਹਾਂ ਪੁੱਟਣੀਆਂ ਨੇ ਤਾਂ ਕਾਲ ਰਵਿੰਦਰ 416-356-5047 416-356-5047 ਐਵਰੋ ਟਰਾਂਸਪੋਰਟ ਨੂੰ ਲੋਕਲ ਮੋਨਟਰੀਅਲ USA ਅਤੇ ਹਰ ਪਾਸੇ ਨੂੰ ਚੱਲਣ ਵਾਲੇ 1 ਸਾਲ ਦੇ ਤਜਰਬੇ ਨਾਲ ਟਰੱਕ ਡਰਾਈਵਰ ਚਾਹੀਦੇ ਹਨ ਕਾਲ ਗੁਰਨੇ ਖਟੜਾ 416-829-4848 ਜੇਕਰ ਤੁਹਾਨੂੰ ਕੋਈ ਵੀ ਕੰਸਟਰਕਸ਼ਨ ਦਾ ਸਮਾਨ ਚਾਹੀਦਾ ਹੈ ਤਾਂ RB ਬਿਲਡਿੰਗ ਸਪਲਾਈ ਬ੍ਰੈਂਪਟਨ ਤੇ ਆਓ ਇੰਟੀਰੀਅਰ ਡੋਰਸ ਅਤੇ ਵਿੰਡੋ ਕਸਟਮ ਡਿਜ਼ਾਈਨ ਕੀਤੇ ਜਾਂਦੇ ਹਨ ਫਾਇਰ ਐਟਰੇ ਡੋਰਸ ਡਰਾਈਵਾਲ ਇੰਸੂਲੇਸ਼ਨ ਟਾਇਲਸ ਬੈਕ ਸਪਲੈਸ਼ ਵੈਨਿਟੀਜ਼ ਪਲੰਬਿੰਗ ਅਤੇ ਹੀਟਿੰਗ ਦਾ ਸਾਰਾ ਸਮਾਨ ਵੱਡੇ ਸਟੋਰਾਂ ਨਾਲੋਂ ਵੀ ਸਸਤਾ ਮਿਲੇਗਾ RB ਬਿਲਡਿੰਗ ਸਪਲਾਈ ਤੋਂ 905-454-8000 ਕੰਟਰੈਕਟਰਸ ਲਈ ਖਾਸ ਰਿਆਇਤ RB ਬਿਲਡਿੰਗ ਸਪਲਾਈ ਇਨ ਬ੍ਰੈਂਪਟਨ ਜੇਕਰ ਤੁਹਾਡੇ ਕੋਲ AZ ਲਾਇਸੈਂਸ ਹੈ ਤਾਂ ਆਓ KJS ਟਰਾਂਸਪੋਰਟ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਹਨ ਲੋਕਲ ਮੋਨਟਰੀਅਲ USA ਜਾਂ ਕੈਨੇਡਾ ਅਤੇ ਅਮਰੀਕਾ ਦੇ ਕਿਸੇ ਵੀ ਰੂਟ ਤੇ ਟਰੱਕ ਚਲਾਉਣ ਲਈ ਕਾਲ ਕਰੋ KJS ਟਰਾਂਸਪੋਰਟ ਨੂੰ ਨਵੇਂ ਟਰੱਕਾਂ ਤੇ ਡਰਾਈਵਰੀ ਅਤੇ ਐਕਸੀਲੈਂਟ ਪੇ KJS ਟਰਾਂਸਪੋਰਟ ਕਾਲ ਜਿੰਦਰ ਬੁੱਟਰ 647-628-6100 647-628-6100 KJS ਟਰਾਂਸਪੋਰਟ ਏਕਮ ਰੇਡੀਓ ਪ੍ਰੋਗਰਾਮ ਤੁਸੀਂ ਵੇਖੀ ਜਾ ਰਹੇ ਹੋ ਸੁਣੀ ਜਾ ਰਹੇ ਹੋ ਧੰਨਵਾਦ ਕਰਦੇ ਹਾਂ ਤੁਹਾਡਾ ਡਿਕਸੀ ਮੈਡੀਕਲ ਕਲੀਨਿਕ ਨਾਲ ਸੰਪਰਕ ਕਰ ਲੈਣ ਜਿਹੜੇ ਖਾਸ ਤੌਰ 'ਤੇ ਟਰੱਕ ਡਰਾਈਵਰ ਵੀਰ ਨੇ ਉਹਨਾਂ ਨੇ ਮੈਡੀਕਲ ਕਰਵਾਉਣਾ ਹੁੰਦਾ ਆਪਣਾ ਤੋ ਮੈਡੀਕਲ ਕਰਵਾਉਣ ਦੇ ਲਈ ਤੁਹਾਨੂੰ ਡੈਫੀਨੇਟਲੀ ਇੱਕ ਕਲੀਨਿਕ 'ਚ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ ਅਤੇ ਇਹਨਾਂ ਦਿਨਾਂ 'ਚ COVID-19 ਕਰਕੇ ਬਹੁਤ ਸਾਰੇ ਡਾਕਟਰ ਆ ਜਿਹੜੇ ਘਰਾਂ ਤੋਂ ਕੰਮ ਕਰਦੇ ਨੇ
ਜਾਂ ਫਿਰ ਤੁਹਾਨੂੰ ਅਪੁਆਇੰਟਮੈਂਟ ਲੇਟ ਦੀ ਮਿਲਦੀ ਆ ਜਾਂ ਵੇਟਿੰਗ ਪੀਰੀਅਡ ਹੁੰਦਾ। ਪਰ ਡਿਕਸੀ ਮੈਡੀਕਲ ਕਲੀਨਿਕ 'ਤੇ ਟੇਕ ਮਾਈ ਵਰਡ 10 to 15 minutes ਐਬਸੋਲੂਟਲੀ ਨੋ ਵੇਟਿੰਗ ਪੀਰੀਅਡ। ਕਾਲ ਕਰੋ, ਆ ਜਾਓ, ਵਾਕ ਇਨ ਵੀ ਆ ਜਾਓਗੇ ਤਾਂ ਵੀ ਤੁਹਾਡਾ ਜਿਹੜਾ ਮੈਡੀਕਲ ਆ ਉਸੇ ਵੇਲੇ ਹੋ ਜੂਗਾ। ਔਰ ਬੈਟਰ ਆ ਕਿ ਕਾਲ ਕਰ ਲਓ ਪਹਿਲਾਂ 10 to 15 minutes ਮੈਕਸੀਮਮ। ਔਰ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਐਨ ਨਾਲ ਆ, ਜੇ ਟਰੱਕ ਖੜ੍ਹਾ ਕਰਨਾ ਤਾਂ ਉੱਥੇ ਰਾਊਂਡ ਇੱਕ ਬਣਿਆ ਹੋਇਆ, ਉਹਦੇ 'ਚ ਜਿਹੜੇ ਇਕੱਲੇ ਟਰੱਕ ਆ ਉਹ 5-7 minutes ਲਈ ਖੜ੍ਹਾ ਕਰ ਸਕਦੇ ਹੋਵੋਗੇ। ਸ਼ਾਇਦ ਤੁਸੀਂ ਫੋਨ ਕਰਕੇ ਪਤਾ ਕਰ ਲਿਓ, ਮਤਲਬ 10-15 minutes ਤੋਂ ਵੱਧ ਤੁਹਾਡਾ ਟਾਈਮ ਨਹੀਂ ਲੱਗੂਗਾ। ਔਰ ਉਸੇ ਵੇਲੇ ਤੁਹਾਡਾ ਮੈਡੀਕਲ ਜਿਹੜਾ ਹੋ ਜੂਗਾ, ਤੁਹਾਡੇ ਪੇਪਰ ਤੁਹਾਨੂੰ ਦੇ ਦਿੱਤੇ ਜਾਣਗੇ। ਡਿਕਸੀ ਮੈਡੀਕਲ ਕਲੀਨਿਕ ਦਾ ਨੰਬਰ ਲੈ ਲਓ 905-600-9570-9057-0070। ਜੇ ਇੰਸ਼ੋਰੈਂਸ ਕਰਵਾਉਣੀ ਆ ਆਪਣੀ ਕਾਰ ਦੀ ਤਾਂ ਰਮਨੀਕ ਕੌਰ ਦਿਓਲ ਦਾ ਨਾਮ ਅਤੇ ਨੰਬਰ ਆਪਣੇ ਕੋਲ ਰੱਖੋ। ਤੁਹਾਡੀ ਕਾਰ ਦੀ ਇੰਸ਼ੋਰੈਂਸ ਨਵੀਂ ਹੋਣ ਵਾਲੀ ਆ, ਐਕਸਪਾਇਰ ਹੋਣ ਵਾਲੀ ਆ, ਪਹਿਲਾਂ ਹੀ ਕਰਕੇ ਰੱਖੋ ਜਿੰਨੀ ਤੁਸੀਂ ਪੇ ਕਰਦੇ ਹੋ ਇੰਸ਼ੋਰੈਂਸ, ਅਤੇ ਡਿਫਰੈਂਸ ਵੇਖਿਓ। ਜਦੋਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਤੁਹਾਨੂੰ ਕੋਡ ਦਿੱਤਾ ਅਤੇ ਤੁਹਾਡੇ 500 ਤੋਂ ਲੈ ਕੇ 1,000, 1,500, 2,000 dollars ਤੱਕ ਵੀ ਬਚ ਸਕਦੇ ਆ ਇੱਕ ਸਾਲ ਦੇ ਪੈਸੇ। ਤੋ ਇਹ ਬਹੁਤ ਵੱਡੀ ਅਮਾਊਂਟ ਆ। ਜੇਕਰ ਤੁਸੀਂ ਕਾਰ ਦੀ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਇੱਕ ਕਾਲ ਜ਼ਰੂਰ ਕਰਕੇ ਵੇਖ ਲਓ। ਕਾਲ ਕਰਨ ਨਾਲ ਕੋਈ ਫਰਕ ਨਹੀਂ ਪੈਣਾ, ਨਾ ਤਾਂ ਤੁਹਾਡਾ ਕੋਈ ਪੈਸਾ ਫੀਸ ਲੱਗਣੀ ਆ, ਨਾ ਤੁਹਾਨੂੰ ਕੁਝ ਕਹਿਣਾ। 2 minutes ਦੀ ਗੱਲ ਹੈ, ਫੋਨ ਕਰਕੇ ਆਪਣੀ ਜਾਣਕਾਰੀ ਦਿਓ ਉਹਨਾਂ ਨੂੰ ਕਾਰ ਦੀ ਅਤੇ ਆਪਣੀ, ਅਤੇ ਉਹਨਾਂ ਨੇ ਤੁਹਾਨੂੰ ਵਾਪਸ ਫੋਨ ਕਰ ਦੇਣਾ ਇੱਕ ਅੱਧੇ ਦਿਨ ਦੇ ਵਿੱਚ ਕਿ ਤੁਹਾਡੀ ਇੰਸ਼ੋਰੈਂਸ ਇੰਨੀ ਘੱਟ ਜਾਣੀ ਆ। ਕਾਲ ਕਰ ਲਓ, ਘਰ ਦੀ, ਕਾਰ ਦੀ, ਪ੍ਰੋਪਰਟੀ ਜਾਂ ਕਿਸੇ ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣੀ ਹੈ। 2899-952-1074 2-99-952-1074 ਨੰਬਰ ਹੈ ਰਮਨੀਕ ਕੌਰ ਦਿਓਲ ਜੀ ਦਾ। ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਕਾਰਾਂ ਦੀ ਇੰਸ਼ੋਰੈਂਸ ਜੇ ਤੁਸੀਂ ਘਟਾਉਣੀ ਹੈ ਤਾਂ। ਲਓ ਜੀ, ਫਿਰ ਇੱਕ ਗਾਣਾ ਹੋਰ ਸੁਣਾ ਜੀ ਤੁਹਾਨੂੰ। ਮੈਂ ਕੋਸ਼ਿਸ਼ ਕਰੂੰਗਾ, ਪਹਿਲਾਂ ਖਬਰਾਂ ਲੈ ਲਈਏ। ਮੈਂ ਕੋਸ਼ਿਸ਼ ਕਰਦਾ ਹਾਂ ਇੰਡੀਆ ਤੋਂ ਕੁਝ ਗੱਲਾਂ, ਜੇ ਮੇਰੀ ਲਾਈਨ ਮਿਲ ਗਈ ਤਾਂ। ਸਰਦਾਰ ਓਂਕਾਰ ਸਿੰਘ ਪੂਰਾ ਦਿਨ ਉਹਨਾਂ ਨੇ ਉੱਥੋਂ ਕੀਤਾ ਜਿਹੜਾ ਲਾਈਵ ਕਰਨਾ ਸੀ ਪ੍ਰੋਗਰਾਮ ਨੂੰ। ਤੋ ਲਓ ਫਿਰ ਪੰਜਾਬ ਤੋਂ ਅੱਜ ਦੀਆਂ ਖਬਰਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਦੇ ਹਾਂ, ਫਿਰ ਅਗਲੀਆਂ ਗੱਲਾਂ ਕਰਾਂਗੇ। ਤੋ ਖਬਰਾਂ ਬਹੁਤ ਚੰਗੀਆਂ ਤਾਂ ਪੰਜਾਬ ਵਾਲੇ ਪਾਸਿਓਂ ਤੁਹਾਨੂੰ ਪਤਾ ਹੀ ਆ ਕਿ ਆਉਂਦੀਆਂ ਨੇਗੀਆਂ, ਪਰ ਫਿਰ ਵੀ ਕਰਨਾ ਤਾਂ ਕੰਮ ਪੈਂਦਾ ਹੀ ਆ, ਦੱਸਣਾ ਤਾਂ ਤੁਹਾਨੂੰ ਪੈਂਦਾ ਹੀ ਆ ਕਿ ਕਿਹੜੀ ਚੀਜ਼ ਜਿਹੜੀ ਆ ਉਹ ਕਿੱਥੇ ਕਿੱਥੇ ਹੋ ਰਹੀ ਆ। ਲੋ ਪੰਜਾਬ ਤੋਂ ਅੱਜ ਦੀਆਂ ਪਹਿਲਾਂ ਖਬਰਾਂ ਸੁਣਦੇ ਹਾਂ, ਫਿਰ ਮੈਂ ਟਰਾਈ ਕਰਦਾ ਕਿ ਜੇ ਮੇਰੀ ਲਾਈਨ ਮਿਲ ਗਈ ਇੰਡੀਆ ਤਾਂ ਆਪਾਂ ਉੱਥੋਂ ਕਰਾਂਗੇ ਥੋੜ੍ਹੀ ਜਿਹੀ ਗੱਲਬਾਤ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਵਿੱਚ ਕਿਹਾ ਹੈ ਕਿ ਕਾਨੂੰਨਾਂ ਨੂੰ ਟਾਲਣ ਤੋਂ ਵੱਧ ਕੋਈ ਪੇਸ਼ਕਸ਼ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਅੱਜ ਦੀ ਮੀਟਿੰਗ ਕਾਫੀ ਤਲਖੀ ਵਾਲੀ ਰਹੀ ਹੈ। ਖੇਤੀ ਮੰਤਰੀ ਇਸ ਗੱਲੋਂ ਕਿਸਾਨਾਂ ਦੇ ਨਾਲ ਖਫਾ ਨਜ਼ਰ ਆਏ ਨੇ ਕਿ ਉਹਨਾਂ ਨੇ ਮੀਟਿੰਗ ਤੋਂ ਪਹਿਲਾਂ ਹੀ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਮੀਟਿੰਗ ਵਿੱਚ ਇਹ ਮੁੱਦਾ ਵੀ ਉੱਠਿਆ ਕਿ ਕਿਸਾਨ ਲੀਡਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਪੈਸੇ ਜਾਰੀ ਨਾ ਕਰਨ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਦੀ ਅਗਵਾਈ 'ਚ ਆਪ ਵਿਧਾਇਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਪੁੱਜੇ ਤਾਂ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ। ਆਪ ਵਿਧਾਇਕਾ ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 64 crore ਰੁਪਏ ਦਾ ਗਬਨ ਕਰਨ ਕਾਰਨ ਪੰਜਾਬ ਦੇ ਲੱਖਾਂ ਦਲਿਤ ਵਿਦਿਆਰਥੀ ਪ੍ਰਭਾਵਿਤ ਹੋਏ ਨੇ। ਆਪ ਲੀਡਰਾਂ ਨੇ ਕਿਹਾ ਹੈ ਕਿ ਅੱਜ ਅਸੀਂ ਵਿੱਤ ਮੰਤਰੀ ਤੇ ਇਹ ਪੁੱਛਣ ਆਏ ਸੀ ਕਿ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਿਉਂ ਕਰ ਰਹੇ ਹੋ। ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੈਪਟਨ ਸਰਕਾਰ ਨੇ ਤੁਰੰਤ ਵਿਦਿਆਰਥੀਆਂ ਦੇ ਵਜ਼ੀਫੇ ਦੇ ਪੈਸੇ ਜਾਰੀ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਤਿੱਖਾ ਅੰਦੋਲਨ ਸ਼ੁਰੂ ਕਰੇਗੀ।
ਆਪ ਲੀਡਰਾਂ ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਜਿਸ ਵਿੱਚ ਸੂਬੇ ਭਰ ਦੇ ਵਿੱਚ ਕੋਈ ਵੀ ਵਿਦਿਆਰਥੀ ਆਪਣੀ ਸਮੱਸਿਆ ਦੱਸ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਦਰਅਸਲ ਸਿਰਸਾ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਉਹਨਾਂ ਤੇ ਧੋਖਾਧੜੀ ਤੇ ਜਾਲਸਾਜ਼ੀ ਕਰਨ ਦੇ ਇਲਜ਼ਾਮ ਲੱਗੇ ਨੇ। ਪੂਰਾ ਮਾਮਲਾ 2015 ਤੇ 2016 ਦਾ ਦੱਸਿਆ ਜਾ ਰਿਹਾ ਹੈ। ਦੱਖਣੀ ਭਾਰਤ ਵਿੱਚ ਹੜ੍ਹ ਆਉਣ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਟੈਂਟ ਤੇ ਦੂਜਾ ਸਮਾਨ ਖਰੀਦਣ ਦੇ ਬਿੱਲ ਪਾਸ ਕੀਤੇ ਗਏ ਸਨ ਤੇ ਉਹਨਾਂ ਦੀ ਚੈੱਕ ਦੇ ਨਾਲ ਪੇਮੈਂਟ ਕੀਤੀ ਗਈ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੀਡੀਆ ਪ੍ਰਭਾਰੀ ਭੁਪਿੰਦਰ ਸਿੰਘ ਮਾਨ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜਿੱਥੋਂ ਸਮਾਨ ਖਰੀਦਿਆ ਗਿਆ ਹੈ ਉੱਥੇ ਕੋਈ ਦੁਕਾਨ ਹੀ ਨਹੀਂ ਹੈ, ਇਸ ਲਈ ਹੁਣ ਮਨਜਿੰਦਰ ਸਿਰਸਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ ਸਦੀਵੀ ਮਾਨਵੀ ਕਦਰਾਂ ਕੀਮਤਾਂ, ਧਾਰਮਿਕ ਸਹਿਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ SP ਸਿੰਘ ਓਬਰਾਏ ਨੇ ਇੱਕ ਵਾਰੀ ਮੁੜ ਲੋੜਵੰਦਾਂ ਦਾ ਮਸੀਹਾ ਬਣ ਕੇ ਭਾਰਤ ਤੋਂ ਰੋਜ਼ੀ ਰੋਟੀ ਕਮਾਉਣ ਦੁਬਈ ਗਈਆਂ ਅਤੇ ਉੱਥੇ ਗੁਲਾਮ ਬਣਾ ਦਿੱਤੀਆਂ 12 ਬੇਵਸ ਕੁੜੀਆਂ ਦੇ ਸਿਰ ਤੇ ਹੱਥ ਰੱਖਦਿਆਂ ਆਪਣੀ ਹੀ ਜੇਬ ਵਿੱਚੋਂ ਲੱਖਾਂ ਰੁਪਏ ਖਰਚ ਕਰਕੇ ਉਹਨਾਂ ਵਿੱਚੋਂ 11 ਨੂੰ ਸੁਰੱਖਿਅਤ ਵਾਪਸ ਵਤਨ ਪਹੁੰਚਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਨਵੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਓਨੀ ਦੇਰ ਤੱਕ ਦਿਓ ਇਜਾਜ਼ਤ। ਧੰਨਵਾਦ। ਇਸ ਸੈਗਮੈਂਟ ਦੇ ਸਪੌਂਸਰ ਹਨ ਪੰਜਾਬ ਇੰਸ਼ੋਰੈਂਸ, ਬਰਾੜ ਦਾ ਸ਼ੇਰ ਆਟਾ ਅਤੇ ਏਸ਼ੀਅਨ ਫੂਡ ਸੈਂਟਰ ਦੀਆਂ 10 ਲੋਕੇਸ਼ਨ। ਏਸ਼ੀਅਨ ਫੂਡ ਸੈਂਟਰ। ਜੇਕਰ ਤੁਸੀਂ ਪਿਓਰ ਵੈਜੀਟੇਰੀਅਨ ਖਾਣ ਦੇ ਸ਼ੌਕੀਨ ਹੋ ਤਾਂ ਯਾਦ ਰੱਖੋ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ। ਪਿਓਰ ਵੈਜੀਟੇਰੀਅਨ ਤਾਜ਼ਾ ਖਾਣਾ ਅਤੇ ਵਧੀਆ ਮਠਿਆਈਆਂ ਮਿਲਦੀਆਂ ਹਨ। ਦੇਸੀ ਘਿਓ ਦੇ ਵਿੱਚ ਹਰ ਰੋਜ਼ ਲਗਾਤਾਰ ਕ੍ਰਿਸਪੀ ਗਰਮਾ ਗਰਮ ਜਲੇਬੀਆਂ ਕੱਢੀਆਂ ਜਾਂਦੀਆਂ ਨੇ। ਬਹਿ ਕੇ ਖਾ ਸਕਦੇ ਹੋ ਜਾਂ ਟੇਕ ਆਊਟ ਕਰ ਸਕਦੇ ਹੋ। ਨੈਸ਼ਨਲ ਸਵੀਟਸ ਕੇਟਰਿੰਗ ਕਰਵਾਉਣ ਦੇ ਲਈ ਦੀਪ ਜੀ ਨੂੰ ਕਾਲ ਕਰੋ। 20 ਡਿਊ ਸਾਈਡ ਡਰਾਈਵ ਸੈਂਡਲਵੁੱਡ ਐਂਡ ਬ੍ਰੈਮਲੀ ਦੇ ਨੇੜੇ। 905-792-0059 9057920059 ਪਿਓਰ ਵੈਜੀਟੇਰੀਅਨ ਖਾਣਿਆਂ ਦਾ ਰੈਸਟੋਰੈਂਟ ਨੈਸ਼ਨਲ ਸਵੀਟਸ। ਉਹ ਗੱਲ ਸੁਣ, ਉਹ ਯਾਰ ਇਹ ਜੀਤੇ ਦੀ ਗੱਡੀ ਨਹੀਂ ਸੀ ਲੱਗਦੀ? ਹਾਂ ਲੱਗਦਾ ਤਾਂ ਉਹੀ ਸੀ ਬਾਈ। ਵਾਹ ਬਾਈ, ਜਦੋਂ ਦੇ ਨੇ ਟਰੱਕ ਪਾਲੇ ਨਾ ਉਦੋਂ ਦੇ ਇਹਦੇ ਵਾਰੇ ਨਿਆਰੇ ਹੋਏ ਪਏ ਆ। ਕਹਿੰਦਾ ਸੀ ਕਿਸੇ ਪਲੈਨਟ ਫਾਈਨੈਂਸ਼ੀਅਲ ਵਾਲੇ ਕੋਲ ਗਿਆ ਸੀ, ਬਸ ਉਸ ਤੋਂ ਬਾਅਦ ਤਾਂ ਕੰਮ ਸੂਤ ਹੋ ਗਿਆ। ਉਹ ਚੱਲ ਫਿਰ ਆਪਾਂ ਵੀ ਚੱਲੀਏ ਪਲੈਨਟ ਫਾਈਨੈਂਸ਼ੀਅਲ ਵਾਲੇ ਕੋਲ, ਹੋ ਸਕਦਾ ਕੱਲ ਨੂੰ ਆਪਾਂ ਵੀ ਫਰਾਰੀ ਜੋਗੇ ਹੋ ਜਾਈਏ। ਟਰੱਕ, ਟ੍ਰੇਲਰ, ਮੈਨੂਫੈਕਚਰਿੰਗ ਯੂਨਿਟਸ ਜਾਂ ਫੂਡ ਟਰੱਕਸ ਫਾਈਨੈਂਸ ਕਰਵਾਓ, ਗੁੱਡ ਜਾਂ ਬੈਡ ਕ੍ਰੈਡਿਟ, ਜਿਹੜਾ ਮਰਜ਼ੀ ਲੈ ਕੇ ਆਓ। ਕਾਲ ਪਲੈਨਟ ਫਾਈਨੈਂਸ਼ੀਅਲ ਐਟ 6474091 or 9056780111। ਟੈਲੀ ਟਾਈਮ ਕੋਲ ਬਹੁਤ ਵਧੀਆ ਕੀਮਤ ਤੇ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ, ਜਿਵੇਂ ਕਿ 55-85 ਇੰਚ ਦਾ 4K ਅਲਟਰਾ HD ਸਮਾਰਟ TV, ਡਿਸ਼ਵਾਸ਼ਰ, ਸਟੋਵ, ਫਰਿੱਜ, ਵਾਸ਼ਿੰਗ ਮਸ਼ੀਨ, ਆਟਾ ਗੁੰਨਣ ਵਾਲੀ ਮਸ਼ੀਨ ਅਤੇ ਹੋਰ ਬਹੁਤ ਕੁਝ ਮਿਲ ਸਕਦਾ ਹੈ। ਇਹਨਾਂ ਦੀਆਂ 6 ਲੋਕੇਸ਼ਨਾਂ ਹਨ ਅਤੇ ਤੁਹਾਡੇ ਸਮਾਨ ਨੂੰ ਫਾਈਨਾਂਸ ਵੀ ਕਰਦੇ ਹਨ। ਹੋਰ ਜਾਣਕਾਰੀ ਲਈ ਟੈਲੀ ਟਾਈਮ ਦੇ ਕਿਸੇ ਵੀ ਸਟੋਰ ਨੂੰ ਸੰਪਰਕ ਕੀਤਾ ਜਾ ਸਕਦਾ ਹੈ 905-273-5550 9052735550। ਹਰ ਤਰ੍ਹਾਂ ਦੇ ਇਲੈਕਟ੍ਰੋਨਿਕ ਸਮਾਨ ਲਈ ਟੈਲੀ ਟਾਈਮ। ਰਿਸ਼ੀ ਮੈਟਰਸ ਤੇ ਲੱਗੀ ਹੈ ਸੇਲ। ਥਕੇਵੇਂ ਤੋਂ ਬਾਅਦ ਸੁੱਖ ਦੀ ਨੀਂਦ ਸੌਣ ਲਈ ਰਿਸ਼ੀ ਮੈਟਰਸ। ਸਿੰਗਲ, ਡਬਲ, ਕਿੰਗ, ਕੁਈਨ, ਕ੍ਰਿਬ ਜਾਂ ਟਰੱਕ ਦਾ ਮੈਟਰਸ ਲੈਣ ਲਈ 1771 ਆਲਮੀਆ ਰੋਡ ਰਿਸ਼ੀ ਮੈਟਰਸ, 416-213-1117। के भी प्यारे लगते हैं सब अपने, मेरे जीवन के हैं बस यही सपने। शेर बेसन शुद्ध और फ्रेश, जिसका स्वाद जीत ले सबका मन। सेहत से बढ़कर कुछ और ही खास, शेर बेसन ही है मेरे परिवार का विश्वास। I love you too. शेर बेसन आए प्यार बढ़ाए। ਏਕਮ ਰੇਡੀਓ ਪ੍ਰੋਗਰਾਮ ਤੁਸੀਂ ਵੇਖੀ ਜਾ ਰਹੇ ਹੋ, ਸੁਣੀ ਜਾ ਰਹੇ ਹੋ, ਧੰਨਵਾਦ ਕਰਦੇ ਹਾਂ ਤੁਹਾਡਾ। ਕੁਝ ਟਰੱਕ ਡਰਾਈਵਰ ਚਾਹੀਦੇ ਨੇ ਕੈਂਬਰਿਜ ਦੇ ਵਿੱਚ ਟਰੱਕ ਚਲਾਉਣ ਦੇ ਲਈ। ਕੈਂਬਰਿਜ ਤੋਂ ਚੱਲਣਾ ਹੈ ਅਤੇ ਪੂਰੇ GTA ਦੇ ਇਲਾਕੇ 'ਚ ਤੁਸੀਂ ਟਰੱਕ ਚਲਾਉਣਾ ਹੈ। 12 ਤੋਂ 14 ਘੰਟੇ ਹਰ ਰੋਜ਼ ਟਰੱਕ ਚਲਾਉਣਾ ਹੈ।
ਜੇ ਤੁਸੀਂ ਇਕੱਲੇ ਡਰਾਈਵਰ ਹੋ ਸਿਰਫ ਤਾਂ $6,000 ਪਲੱਸ, ਜੇ ਓਨਰ ਓਪਰੇਟਰ ਹੋ ਤਾਂ $10,000 ਪਲੱਸ ਡੋਲਰ ਤੁਸੀਂ ਇੱਕ ਮਹੀਨੇ ਦੇ ਬਣਾ ਸਕਦੇ ਹੋ। ਤੋ ਕਾਲ ਕਰੋ ਟਰਾਂਸਫੋਰ ਕੰਪਨੀ ਦੇ ਸਿਮਰਤ ਜਾਂ ਕਮਲ ਨੂੰ, ਔਰ ਥੋੜ੍ਹਾ ਐਕਸਪੀਰੀਅੰਸ ਤੁਹਾਨੂੰ ਜ਼ਰੂਰ ਚਾਹੀਦਾ, ਟਰੱਕ ਚਲਾਉਣਾ ਆਉਂਦਾ ਹੋਵੇ। ਹਰ ਰੋਜ਼ ਤੁਸੀਂ ਆਪਣੇ ਘਰ ਵੀ ਰਾਤ ਨੂੰ ਆ ਜਾਣਾ, ਪਾਰਕਿੰਗ ਤੁਹਾਨੂੰ ਉੱਥੇ ਕੈਂਬਰੇਜ ਟਰੱਕ ਖੜ੍ਹਾ ਕਰਨ ਲਈ ਫ੍ਰੀ ਮਿਲੇਗੀ। 416-858-9032 416-858-9032 858-9032 'ਤੇ ਕਾਲ ਕਰ ਲੈਣੀ ਆ। ਸ਼ਰਮਾ ਰੈਨੋਵੇਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣੇ ਘਰ ਦੀ ਬੇਸਮੈਂਟ ਸਿਟੀ ਤੋਂ ਪਰਮਿਟ ਲੈ ਕੇ ਲੀਗਲ ਤਰੀਕੇ ਨਾਲ ਬਣਾਉਣੀ ਹੈ, ਸਾਈਡ ਐਂਟਰੈਂਸ ਕੱਢਣੀ ਹੈ, ਕੋਈ ਪਲੰਬਿੰਗ ਦਾ ਕੰਮ ਹੈ, ਵਾਸ਼ਰੂਮ ਬਣਾਉਣੇ ਨੇ, ਇਲੈਕਟ੍ਰੀਕਲ ਕੰਮ ਹੈ ਕੋਈ, ਜਾਂ ਫਿਰ ਹਾਰਡਵੁੱਡ ਲੈਮੀਨੇਟ ਕੋਈ ਟਾਈਲਾਂ ਲਾਉਣੀਆਂ ਨੇ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਵਾਉਣੀ ਆ, ਰਿਟਨ ਵਾਰੰਟੀ ਦੇ ਨਾਲ ਦਿੱਤੇ ਹੋਏ ਸਮੇਂ 'ਚ ਕੰਮ ਨਿਬੜ ਜੂਗਾ, ਔਰ ਫ੍ਰੀ ਐਸਟੀਮੇਟ ਲੈਣ ਲਈ ਕਾਲ ਕਰੋ ਸੁਖਪਾਲ ਸ਼ਰਮਾ ਜੀ ਨੂੰ 416-662-4177 416-662-4177 ਸ਼ਰਮਾ ਰੈਨੋਵੇਸ਼ਨ। ਲਓ ਜੀ, ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੀ ਸੀ ਕਿ ਅੱਜ 11ਵੇਂ ਦੌਰ ਦੀ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ, ਪਰ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਫਿਰ ਕੁਝ ਨਹੀਂ ਹੋਇਆ। ਤੋ ਸਾਡੇ ਨਾਲ ਜਿਹੜੇ ਅਸੀਂ ਕੰਮ ਕਰਦੇ ਹਾਂ ਇਕੱਠੇ, ਸਰਦਾਰ ਓਂਕਾਰ ਸਿੰਘ ਜੀ, ਉਹ ਸਾਰਾ ਦਿਨ ਉੱਥੇ ਰਹੇ ਔਰ ਲਾਈਵ ਕਵਰੇਜ ਜਿਹੜੀ ਆ ਉਹ ਤੁਸੀਂ ਸਾਡੇ ਸਾਰੇ ਚੈਨਲ ਜਿਹੜੇ ਸੋਸ਼ਲ ਮੀਡੀਆ 'ਤੇ ਨੇ, IPTV ਹੈ, ਉਹਨਾਂ 'ਤੇ ਵੀ ਵੇਖੀ ਹੋਣੀ ਹੈ। ਤੋ ਫਿਰ ਵੀ ਆਪਾਂ ਅਪਡੇਟ ਲੈਣ ਦੇ ਲਈ ਚੱਲਦੇ ਹਾਂ ਦਿੱਲੀ ਸਿੰਘੂ ਬਾਰਡਰ 'ਤੇ। ਸਰਦਾਰ ਓਂਕਾਰ ਸਿੰਘ ਜੀ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਆ ਉੱਥੇ ਨੇ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਓਂਕਾਰ ਸਿੰਘ ਜੀ ਦੇ ਨਾਲ। ਸਰਦਾਰ ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਨੂੰ ਪਤਾ ਹੈ ਬਹੁਤ ਲੇਟ ਨਾਈਟ ਹੈ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਸਾਰਾ ਦਿਨ ਅੱਜ ਤੁਹਾਡੀਆਂ ਗਤੀਵਿਧੀਆਂ ਜਿਹੜੀਆਂ ਉਹ ਕਾਫੀ ਬਿਜ਼ੀ ਰਹੀਆਂ। ਤੋ ਥੋੜ੍ਹਾ ਜਿਹਾ ਦੱਸੋ ਕਿ ਅੱਜ ਦੀ ਜਿਹੜੀ ਮੀਟਿੰਗ ਹੋਈ ਕਿਸਾਨਾਂ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ, ਉਹਦਾ ਰਿਜ਼ਲਟ ਤਾਂ ਕੋਈ ਨਿਕਲਿਆ ਨਹੀਂ, ਪਰ ਹੋਇਆ ਕੀ ਹੈ ਉੱਥੇ? ਲਗਭਗ ਉਹ ਤੈਅ ਸੀਗਾ ਕਿ ਕੱਲ ਰਾਤੀ ਦੇਰ ਰਾਤ ਜਦੋਂ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਤਾਂ ਨਹੀਂ ਕੀਤੀ ਗਈ, ਪਰ ਸੂਤਰਾਂ ਦੇ ਹਵਾਲੇ ਨਾਲ ਖਬਰ ਬਾਹਰ ਨਿਕਲ ਕੇ ਆਈ ਕਿ ਉਹਨਾਂ ਨਾਲ ਸਰਕਾਰ ਨੇ ਜੋ ਪ੍ਰਸਤਾਵ ਦਿੱਤਾ ਸੀ ਪਿਛਲੀ ਮੀਟਿੰਗ ਚ ਉਸਨੂੰ ਖਾਰਜ ਕਰ ਦਿੱਤਾ ਗਿਆ ਸੀ। ਅੱਛਾ। ਸੋ ਉਸੇ ਹੀ ਸੰਬੰਧ ਚ ਅੱਜ ਜੋ ਮੀਟਿੰਗ ਫਿਕਸ ਸੀਗੀ, ਲੇਕਿਨ ਖਾਰਜ ਕਰਨ ਤੋਂ ਬਾਅਦ ਜਦੋਂ ਕਿਸਾਨ ਆਗੂ ਮੀਟਿੰਗ ਵਿੱਚ ਪਹੁੰਚੇ ਤਾਂ 12 ਵਜੇ ਦੇ ਕਰੀਬ ਮੀਟਿੰਗ ਆਰੰਭ ਹੋਣੀ ਸੀ। ਮੰਤਰੀ ਪਹਿਲਾਂ ਹੀ ਜਿਹੜੇ ਕਿ ਸਰਕਾਰ ਦੇ ਖੇਤੀਬਾੜੀ ਮੰਤਰੀ ਤੇ ਰੇਲਵੇ ਮੰਤਰੀ ਦੋਨੇ ਹੀ ਜਿਹੜੇ ਉੱਥੇ ਹੋਰ ਜਿਹੜੇ ਨੁਮਾਇੰਦੇ ਸਰਕਾਰ ਵੱਲੋਂ ਧਿਰ ਬਣ ਕੇ ਆਉਂਦੇ ਨੇ, ਉਹ ਪਹਿਲਾਂ ਹੀ ਅੱਧਾ ਘੰਟਾ ਮੀਟਿੰਗ ਦੇ ਵਿੱਚ ਲੇਟ ਆਏ। ਅੱਛਾ। ਉਹਨਾਂ ਨੇ ਔਰ ਜਦੋਂ ਆਏ ਤਾਂ ਉਹਨਾਂ ਨੇ ਆਉਂਦੇ ਸਾਰੀ ਇਹ ਗੱਲ ਕਿਸਾਨਾਂ ਨੂੰ ਕਹਿ ਦਿੱਤੀ ਕਿ ਜਿਹੜਾ ਤੁਸੀਂ ਪ੍ਰਸਤਾਵ ਜਿਹੜਾ ਰੱਦ ਕਰ ਦਿੱਤਾ, ਪਰ ਤੁਸੀਂ ਉਸਨੂੰ ਮੀਡੀਆ ਵਿੱਚ ਨਹੀਂ ਲਿਆਉਣਾ ਸੀ, ਪਹਿਲਾਂ ਸਰਕਾਰ ਨੂੰ ਦੱਸਣਾ ਸੀ ਤੇ ਫਿਰ ਮੀਡੀਆ ਵਿੱਚ ਲਿਆਉਣਾ ਸੀ। ਇਸ ਗੱਲ ਦੇ ਉੱਤੇ ਥੋੜੀ ਤੌਲਕੀ ਹੋਈ ਤੇ ਜਿਹੜੀ ਮੀਟਿੰਗ ਹੈ ਉਹ ਹਟ ਗਈ, ਤੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਹਾਲ ਮੀਟਿੰਗ ਕਾਨਫਰੰਸ ਹਾਲ ਚੋਂ ਨਿਕਲ ਕੇ ਬਾਹਰ ਚਲੇ ਗਏ। ਅੱਛਾ। ਉਹ ਕਾਨਫਰੰਸ ਹਾਲ ਚੋਂ ਬਾਹਰ ਨਿਕਲ ਕੇ ਚਲੇ ਗਏ ਤੇ ਇਹਨਾਂ ਨੂੰ ਲੰਚ ਬ੍ਰੇਕ ਹੋ ਗਈ, ਲੰਚ ਹੋਇਆ ਤੇ ਲੰਚ ਤੋਂ ਬਾਅਦ ਜਿਹੜੇ ਕਿਸਾਨ ਆਗੂ ਨੇ ਉਹ ਫੇਰ ਕਾਨਫਰੰਸ ਹਾਲ ਚ ਗਏ, ਲੇਕਿਨ ਮੰਤਰੀ ਵਾਪਸ ਨਹੀਂ ਆਏ। ਅੱਛਾ। ਲੇਕਿਨ ਅੱਜ ਮੰਤਰੀ ਨੇ ਇੱਕ ਬਿਲਕੁਲ ਬਚਪਨਾ ਇੱਕ ਹਰਕਤ ਕੀਤੀ, ਬਚਪਨੇ ਦੀ ਤਰ੍ਹਾਂ ਜਿਵੇਂ ਕੋਈ ਛੋਟੇ ਬੱਚੇ ਰੁਸ ਕੇ ਚਲੇ ਜਾਂਦੇ ਨੇ, ਉਹ ਇਸ ਤਰ੍ਹਾਂ ਰੁਸ ਕੇ ਕਾਨਫਰੰਸ ਹਾਲ ਚੋਂ ਬਾਹਰ ਚਲੇ ਗਏ, ਉਹ ਅਲੱਗ ਬੈਠੇ ਰਹੇ, ਕਿਸਾਨ ਆਗੂ ਅਲੱਗ ਬੈਠੇ ਰਹੇ, 5 ਘੰਟੇ ਅੰਦਰ ਸਾਰੇ ਬੈਠੇ ਰਹੇ। ਲੇਕਿਨ ਜਿਹੜੀ ਮੀਟਿੰਗ ਦੀ ਗੱਲ ਸੀ ਜਾਂ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਗੱਲ ਹੋਈ ਹੈ ਉਹਦਾ ਸਮਾਂ ਸਿਰਫ 16 ਮਿੰਟ ਹੀ ਸੀ, ਤਾਂ 16 ਮਿੰਟ ਹੀ ਦੋਨਾਂ ਧਿਰਾਂ ਚ ਗੱਲ ਹੁੰਦੀ ਹੈ 5 ਘੰਟਿਆਂ ਚੋਂ। ਮੰਤਰੀ ਜਿਹੜੇ ਉਹ ਅੰਟ ਦੇ ਉੱਤੇ ਕਹਿ ਦਿੰਦੇ ਨੇ ਕਿ ਜਿਹੜਾ ਅਸੀਂ ਤੁਹਾਨੂੰ ਪ੍ਰਸਤਾਵ ਦਿੱਤਾ ਸੀ ਕਿ ਅਸੀਂ 1-1.5 ਸਾਲ ਤੱਕ ਜਿਹੜੇ ਆ ਬਿੱਲ ਸਸਪੈਂਡ ਕਰਨ ਦਾ ਹਲਫਨਾਮਾ ਜਿਹੜਾ ਉਹ ਸੁਪਰੀਮ ਕੋਰਟ 'ਚ ਦੇ ਸਕਦੇ ਹਾਂ, ਇਸ ਤੋਂ ਵੱਧ ਅਸੀਂ ਕੁਛ ਨਹੀਂ ਕਰ ਸਕਦੇ, ਤੇ ਅਗਰ ਤੁਹਾਨੂੰ ਇਹ ਮਨਜ਼ੂਰ ਹੈ ਤਾਂ ਤੁਸੀਂ ਦੁਬਾਰਾ ਸਾਨੂੰ ਦੱਸ ਦਿਓ, ਅਸੀਂ ਮੀਟਿੰਗ ਕਰ ਲਾਂਗੇ, ਅਦਰਵਾਈਜ਼ ਤੁਸੀਂ ਆਪਣੇ ਘਰ ਰਾਜੀ ਤੇ ਅਸੀਂ ਆਪਣੇ ਘਰ ਰਾਜੀ। ਇਹਨਾਂ ਸ਼ਬਦਾਂ ਦੇ ਨਾਲ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਬੇਸਿੱਟਾ ਹੋਈ ਤੇ ਬੇਸਿੱਟਾ ਰਹਿੰਦੀ ਹੋਈ ਮੀਟਿੰਗ ਖਤਮ ਹੋਈ। ਕਿਸਾਨ ਆਗੂ ਬਾਹਰ ਆ ਗਏ ਔਰ ਬਾਹਰ ਆ ਕੇ ਉਹਨਾਂ ਨੇ ਦੱਸਿਆ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਸਰਕਾਰ ਦਾ
ਰਵੱਈਆ ਰਿਹਾ ਉਹ ਬਿਲਕੁਲ ਹੀ ਨਾਗਵਾਰ ਰਿਹਾ ਔਰ ਕੱਲੀ ਇਹ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਬੇਸਿਕਤਾ ਹੀ ਨਹੀਂ ਰਹੀ ਇਹ ਇੱਕ ਨਵਾਂ ਡੈਡਲੌਕ ਜਿਹੜਾ ਉਹ ਦੁਬਾਰਾ ਬਣ ਗਿਆ ਜਿਹੜਾ ਕਿ 4 ਦਸੰਬਰ ਨੂੰ ਡੈਡਲੌਕ ਬਣਿਆ ਸੀਗਾ ਉਹ ਫਿਰ ਟੁੱਟਿਆ ਸੀ ਲੇਕਿਨ ਹੁਣ ਇਹ ਦੁਬਾਰਾ ਜਿਹੜਾ ਹੈ ਜੀ ਡੈਡਲੌਕ ਅੱਜ ਦੁਬਾਰਾ ਫਿਰ ਬਣ ਗਿਆ ਓਂਕਾਰ ਸਿੰਘ ਜੀ ਜਿਹੜੀ ਤੁਸੀਂ ਗੱਲ ਕਹੀ ਆ ਐਂਡ ਤੇ ਕਿ ਸਰਕਾਰ ਨੇ ਕਿਹਾ ਕਿ ਤੁਸੀਂ ਆਪਣੇ ਘਰ ਰਾਜ਼ੀ ਅਸੀਂ ਆਪਣੇ ਘਰ ਰਾਜ਼ੀ ਇਹਦਾ ਮਤਲਬ ਕੀ ਕੱਢਿਆ ਜਾਵੇ ਪੰਜਾਬੀ ਦੇ ਵਿੱਚ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਜੋ ਕਰਨਾ ਕਰ ਲਓ ਅਸੀਂ ਤਾਂ ਨਹੀਂ ਕਰਨੇ ਬਿੱਲ ਰੱਦ ਹਾਂ ਬਿਲਕੁਲ ਸਰਕਾਰ ਦਾ ਜਿਹੜਾ ਅੱਜ ਦਾ ਇਰਾਦਾ ਉਹ ਇਹੀ ਰਿਹਾ ਕਿ ਜਿਹੜੇ ਅਸੀਂ ਕ੍ਰਿਸ਼ੀ ਨੂੰ ਲਿਆਂਦੇ ਨੇ ਉਹ ਮੰਤਰੀ ਨੇ ਦੁਬਾਰਾ ਫਿਰ ਇਹ ਗੱਲ ਦੁਹਰਾਈ ਕਿ ਇਹ ਜਿਹੜੇ ਜੋ ਅਸੀਂ ਕਰ ਸਕਦੇ ਸੀਗੇ ਅਸੀਂ ਆਪਣੇ ਵੱਲੋਂ ਬਹੁਤ ਬਿਹਤਰ ਕੀਤਾ ਹੈ ਤੇ ਅਸੀਂ ਇਸ ਤੋਂ ਅੱਗੇ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਸੋ ਇਸ ਕਰਕੇ ਇਹ ਜਿਹੜੇ ਬਿੱਲ ਨੇ ਇਹ ਅਸੀਂ ਅਗਰ ਇੰਨਾ ਕਰ ਰਹੇ ਸੀਗੇ ਸਾਲ ਡੇਢ ਸਾਲ ਲਈ ਬਿੱਲ ਸਸਪੈਂਡ ਕਰ ਰਹੇ ਸੀ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਜਿਹੜੇ ਬਿੱਲ ਨੇ ਉਹ ਸਾਰੇ ਹੀ ਗਲਤ ਨੇ ਲੇਕਿਨ ਅਸੀਂ ਇੰਨਾ ਕੀਤਾ ਹੈ ਔਰ ਅਸੀਂ ਇਸ ਤੋਂ ਵੱਧ ਨਹੀਂ ਕਰ ਸਕਦੇ ਇਹ ਵੀ ਪਤਾ ਲੱਗਿਆ ਓਂਕਾਰ ਸਿੰਘ ਜੀ ਕਿ ਇਹ ਵੀ ਪਤਾ ਲੱਗਿਆ ਕਿ ਜਿਹੜੇ ਕਿਸਾਨ ਲੀਡਰ ਸਰਦਾਰ ਰੁਲਦੂ ਸਿੰਘ ਜੀ ਨੇ ਉਹਨਾਂ ਦੀ ਕਾਰ ਦੇ ਸ਼ੀਸ਼ੇ ਵਗੈਰਾ ਪੁਲਿਸ ਨੇ ਭੰਨ ਤੇ ਔਰ ਮੈਂ ਸੋਸ਼ਲ ਮੀਡੀਆ 'ਤੇ ਵੇਖ ਰਿਹਾ ਸੀ ਤੁਹਾਡੀਆਂ ਰਿਪੋਰਟਾਂ ਕੁਝ ਟਰੈਕਟਰਾਂ ਦੀਆਂ ਹਵਾ ਕੱਢ ਦਿੱਤੀਆਂ ਗਈਆਂ ਉਹਨਾਂ ਦੇ ਡੰਡੇ ਮਾਰ ਮਾਰ ਉਹਨਾਂ ਦੀਆਂ ਜਿਹੜੀਆਂ ਉਹ ਹਵਾ ਭਰਨ ਵਾਲੀਆਂ ਹੁੰਦੀਆਂ ਉਹ ਤੋੜ ਦਿੱਤੀਆਂ ਗਈਆਂ ਸੋ ਪੁਲਿਸ ਵੱਲੋਂ ਜਿਹੜੀਆਂ ਜ਼ਿਆਦਤੀਆਂ ਉਹ ਸ਼ੁਰੂ ਹੋ ਗਈਆਂ ਨੇ ਜਿੱਦਾਂ ਅਸੀਂ ਐਕਸਪੈਕਟ ਕਰ ਰਹੇ ਸੀ ਜਿਹੜੇ ਕੁਛ ਕਿਸਾਨ ਆਗੂ ਬਹੁਤ ਜ਼ਿਆਦਾ ਕਿਸਾਨ ਆਗੂ ਜਿਹੜੇ ਨੇ ਬੱਸਾਂ ਦੇ ਵਿੱਚ ਗਿਆਨ ਭਵਨ ਜਾਂਦੇ ਨੇ ਲੇਕਿਨ ਰੁਲਦੂ ਸਿੰਘ ਜੀ ਉਹ ਆਪਣੀ ਗੱਡੀ ਦੇ ਵਿੱਚ ਕਿਸਾਨ ਭਵਨ ਵੱਲ ਗਏ ਔਰ ਉਹਨਾਂ ਨੂੰ ਕਿਤੇ ਰਸਤੇ ਦੇ ਵਿੱਚ ਜਦੋਂ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਉੱਥੇ ਏਦਾਂ ਦੀ ਜਿਹੜੀ ਉਹ ਘਟਨਾ ਵਾਪਰੀ ਕਿ ਉਹਨਾਂ ਦੀ ਜਿਹੜੀ ਗੱਡੀ ਦਾ ਸ਼ੀਸ਼ਾ ਜਿਹੜਾ ਉਹ ਤੋੜ ਦਿੱਤਾ ਗਿਆ ਉੱਥੇ ਪੁਲਿਸ ਦੁਆਰਾ ਤੇ ਉਹ ਥੋੜੀ ਮਿਸਅੰਡਰਸਟੈਂਡਿੰਗ ਗੱਲ ਹੋਈ ਔਰ ਇਸ ਗੱਲ ਦੇ ਉੱਤੇ ਵੀ ਜਿਹੜਾ ਉਹ ਵਿਗਿਆਨ ਭਵਨ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਮੰਤਰੀਆਂ ਦੇ ਸਾਹਮਣੇ ਗੱਲ ਰੱਖੀ ਗਈ ਔਰ ਉਹਨਾਂ ਨੇ ਇਸ ਦੇ ਜਿਹੜਾ ਸਪਸ਼ਟੀਕਰਨ ਉਹ ਪੁਲਿਸ ਕਮਿਸ਼ਨਰ ਤੋਂ ਲੈ ਕੇ ਦੱਸਣ ਦੀ ਗੱਲ ਕਹੀ ਸੋ ਉੱਥੇ ਥੋੜੀ ਤੂਤੂ ਮਹਿਮਾ ਵੀ ਹੋਈ ਆਪਸ ਦੇ ਵਿੱਚ ਉੱਥੇ ਮੌਕੇ ਤੇ ਸ੍ਰੀ ਰਕੇਸ਼ ਡਕੈਤ ਵੀ ਪਹੁੰਚ ਗਏ ਉਹ ਵੀ ਕਿਤੇ ਉਧਰੋਂ ਆ ਰਹੇ ਸੀਗੇ ਤਾਂ ਉੱਥੇ ਸਾਰੇ ਦੋ ਤਿੰਨ ਆਗੂ ਜਿਹੜੇ ਉਹ ਇਕੱਠੇ ਹੋ ਗਏ ਔਰ ਫਿਰ ਉਹ ਜਿਹੜਾ ਮਸਲਾ ਸਾਰਾ ਮੰਤਰੀਆਂ ਦੇ ਸਾਹਮਣੇ ਲਿਆਂਦਾ ਗਿਆ ਕਿ ਇਸ ਤਰ੍ਹਾਂ ਜਿਹੜੀ ਤੁਹਾਡੀ ਪੁਲਿਸ ਹੈ ਉਹਦਾ ਜਾਤੀ ਕਰਦੀ ਹੈ ਤਾਂ ਜਦੋਂ ਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਫਲੈਗ ਲੱਗੀਆਂ ਹੋਈਆਂ ਗੱਡੀਆਂ ਜਿਹੜੀਆਂ ਨੇ ਆਉਂਦੀਆਂ ਨੇ ਉਹ ਕਿਸਾਨ ਆਗੂਆਂ ਦੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਅਜਿਹੇ ਤਰੀਕੇ ਨਾਲ ਨਾ ਰੋਕਿਆ ਜਾਵੇ ਤੇ ਅੱਗੋਂ ਦੀ ਕੋਈ ਦੁਬਾਰਾ ਨੈਸ਼ ਏਦਾਂ ਦੀ ਕੋਈ ਜਿਹੜੀ ਗੱਲ ਉਹ ਨਾ ਵਾਪਰੇ ਓਂਕਾਰ ਸਿੰਘ ਜੀ ਇਹ ਇਸ ਮੀਟਿੰਗ ਤੋਂ ਬਾਅਦ ਹੁਣ ਕਿਸਾਨਾਂ ਦਾ ਪ੍ਰਤੀਕਰਮ ਜਿਹੜਾ ਜਾਂ ਅਗਲਾ ਪ੍ਰੋਗਰਾਮ ਜਿਹੜਾ ਉਹ ਕਿਹੋ ਜਿਹਾ ਰਹੇਗਾ ਪ੍ਰਤੀਕਰਮ ਜਿੱਥੋਂ ਤੱਕ ਸੀਗਾ ਕਿ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਜਿਹੜੀ ਹੈ ਉਹ ਬਿਲਕੁਲ ਹੀ ਨਾ ਤਾਂ ਉਹ ਕਿਸਾਨ ਦੀ ਹੈ ਤੇ ਨਾ ਹੀ ਜਵਾਨ ਦੀ ਹੈ ਅੱਜ ਅਗਰ ਇਸ ਭਾਰਤੀ ਸਰਕਾਰ ਬੀਜੇਪੀ ਸਰਕਾਰ ਕੋਲ ਬਹੁਮਤ ਹੈ ਤਾਂ ਏਦਾਂ ਦੀਆਂ ਵਧੀਕੀਆਂ ਕਰ ਲਈਆਂ ਲੇਕਿਨ ਇਸਦਾ ਸਬਕ ਜਿਹੜਾ ਇਹਨੂੰ ਬਹੁਤ ਛੇਤੀ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਨਾਂ ਵਿੱਚ ਜ਼ਰੂਰ ਮਿਲ ਜਾਵੇਗਾ ਔਰ ਅਗਲੀ ਗੱਲ ਕਿਸਾਨਾਂ ਦੀ ਕਹਿਣੀ ਸੀ ਕਿ ਹੁਣ ਅਸੀਂ ਇਸ ਤੋਂ ਜਾ ਕੇ 26 ਜਨਵਰੀ ਦੀ ਜਿਹੜੀ ਆ ਉਹ ਤਿਆਰੀ ਪੂਰੇ ਜ਼ੋਰਾਂ ਦੇ ਨਾਲ ਆਰੰਭ ਦੇਵਾਂਗੇ ਤੇ 26 ਜਨਵਰੀ ਨੂੰ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਦੀ ਜਿਹੜੀ ਆਊਟਰ ਰਿੰਗ ਰੋਡ ਹੈ ਉਹਦੇ ਵਿੱਚ ਐਂਟਰ ਹੋਵਾਂਗੇ ਔਰ ਇਸੇ 26 ਜਨਵਰੀ ਦੇ ਸੰਬੰਧ 'ਚ ਕੱਲ੍ਹ ਨੂੰ ਆਉਣ ਵਾਲੀ ਕੱਲ੍ਹ ਨੂੰ ਪੁਲਿਸ ਦੇ ਨਾਲ ਇੱਕ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਕਲੀਅਰ ਹੋਵੇਗਾ ਕਿ ਕੀ ਕੋਈ ਪਲਾਨ ਨਵਾਂ ਕੋਈ ਪਲਾਨ ਆਉਂਦਾ ਹੈ ਲੇਕਿਨ ਕਿਸਾਨ ਆਗੂਆਂ ਦਾ ਬਾਰ ਬਾਰ ਕਹਿਣਾ ਹੈ ਕਿ ਅਸੀਂ ਜੋ 26 ਜਨਵਰੀ ਲਈ ਪਲਾਨ ਕੀਤਾ ਹੋਇਆ ਹੈ ਅਸੀਂ ਉਹਦੇ ਉੱਤੇ ਬਿਲਕੁਲ ਖੜੇ ਹਾਂ ਤੇ ਜਿਹੜੇ ਸਾਡੇ ਟਰੈਕਟਰ ਹਨ ਉਹ ਅੰਦਰ ਵਾਲੇ ਰਿੰਗ ਰੋਡ ਤੇ ਹੀ ਜਾਣਗੇ ਔਰ ਅਸੀਂ ਉਸ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤਿਆਰੀ ਦੇ ਸੰਬੰਧ 'ਚ ਇਹ ਵੀ ਹੈ ਕਿ ਪਿੱਛੋਂ ਬਹੁਤ ਜ਼ਿਆਦਾ ਟਰੈਕਟਰ ਜਿਹੜੇ ਨੇ ਉਹ ਸਾਰੇ ਬਾਰਡਰਾਂ ਤੇ ਹੀ ਵੱਖ ਵੱਖ ਸਟੇਟਾਂ ਤੋਂ ਜਿਹੜੇ ਆ ਉਹ ਬੜੇ ਲੋਕ ਜਿਹੜੇ ਆ ਚੱਲੇ ਹੋਏ ਆ ਤੇ ਟਰੈਕਟਰ ਜਿਹੜੇ ਆ ਉਹ ਪਹੁੰਚ ਰਹੇ ਆ ਔਰ ਤਿਆਰੀ ਜਿਹੜੀ ਆ ਉਹ ਪੂਰੀ ਤਰ੍ਹਾਂ ਚੱਲ ਰਹੀ ਹੈ 26 ਜਨਵਰੀ 'ਚ ਦਿੱਲੀ ਦੇ ਆਊਟਰ ਰਿੰਗ ਰੋਡ ਦੇ ਉੱਤੇ ਐਂਟਰ ਕਰਨ ਦੀ ਓਂਕਾਰ ਸਿੰਘ ਜੀ ਜਿਵੇਂ ਸੁਪਰੀਮ ਕੋਰਟ ਨੇ ਵੀ ਇਹ ਪਹਿਲਾਂ ਖਦਸ਼ਾ ਜ਼ਾਹਰ ਕੀਤਾ ਸੀ
ਔਰ ਹੁਣ ਉਹਦੇ ਚਾਂਸਿਸ ਜਿਹੜੇ ਲੱਗਦੇ ਆ ਕਿਤੇ ਵੱਧ ਨਾ ਜਾਣ, ਕਿਉਂਕਿ ਸਰਕਾਰ ਨੇ ਵੀ ਕਹਿਤਾ ਜੋ ਤੁਸੀਂ ਕਰਨਾ ਤੁਸੀਂ ਕਰੋ, ਜੋ ਅਸੀਂ ਕਰਨਾ, ਔਰ ਕਿਸਾਨਾਂ ਨੇ ਕਿਹਾ ਕਿ ਅਸੀਂ 26 ਤਰੀਕ ਦੀ ਜਿਹੜੀ ਟਰੈਕਟਰ ਪਰੇਡ ਆ ਉਹ ਕਰਨੀ ਹੀ ਕਰਨੀ ਹੈ, ਜਦੋਂ ਕਿ ਸਰਕਾਰ ਵਾਲੇ ਪਾਸੇ ਉਹਨਾਂ ਨੂੰ ਜਿਹੜੀ ਆ ਉਹ ਇਜਾਜ਼ਤ ਨਹੀਂ ਦਿੱਤੀ ਗਈ। ਤੁਹਾਨੂੰ ਲੱਗਦਾ ਕਿ ਇਹ ਟਕਰਾਅ ਦੇ ਵਿੱਚੋਂ ਕਿਤੇ ਖੂਨ ਖਰਾਬਾ ਜਾਂ ਕੋਈ ਵਾਇਲੈਂਸ ਹੋਣ ਦੀ ਸੰਭਾਵਨਾ ਜ਼ਿਆਦਾ ਨਹੀਂ ਵੱਧ ਗਈ? ਜਿੱਥੋਂ ਤੱਕ ਸੁਪਰੀਮ ਕੋਰਟ ਦਾ ਮਸਲਾ ਸੀਗਾ ਜੀ, ਸੁਪਰੀਮ ਕੋਰਟ ਨੇ ਇਹਦੇ ਉੱਤੇ ਜਿਹੜੀ ਸੁਣਵਾਈ ਆ ਉਹ ਫਾਈਨਲ ਕਰ ਦਿੱਤੀ ਹੈ, ਔਰ ਉਹਨਾਂ ਨੇ ਜਿਹੜੀ ਬੋਲ ਹੈ ਉਹ ਸਰਕਾਰ ਦੇ ਤੇ ਦਿੱਲੀ ਪੁਲਿਸ ਦੇ ਕਾਲਜ ਦੇ ਵਿੱਚ ਚੜ ਦਿੱਤੀ ਹੈ ਕਿ ਇਹਦਾ ਜਿਹੜਾ ਅਧਿਕਾਰ ਹੈ ਉਹ ਸਾਰਾ ਦਿੱਲੀ ਪੁਲਿਸ ਕੋਲ ਹੈ ਤੇ ਸਰਕਾਰ ਕੋਲ ਹੈ। ਸਰਕਾਰ ਉਹ ਸਰਕਾਰ ਜਾਂ ਦਿੱਲੀ ਪੁਲਿਸ ਦੇਖੇ ਕਿ ਇਹਨਾਂ ਨੂੰ ਐਂਟਰ ਕਰਨ ਦੇਣਾ ਹੈ ਕਿ ਨਹੀਂ ਦੇਣ ਦੇਣਾ, ਜੇ ਕਰਨ ਦੇਣਾ ਹੈ ਤਾਂ ਕਿੱਥੋਂ ਤੱਕ ਐਂਟਰ ਕਰਨ ਦੇਣਾ ਹੈ। ਔਰ ਜਿੱਥੋਂ ਤੱਕ ਖੂਨ ਖਰਾਬੇ ਦੀ ਗੱਲ ਹੈ, ਸਰਕਾਰ ਹੀ ਦਾ ਪੂਰਾ ਟਿਲ ਲੱਗਿਆ ਹੋਇਆ ਕਿ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਦੜੀ ਪਾਰ ਕਰਨ ਵਾਸਤੇ ਇਹ ਜਾਂ ਕੋਈ ਖੂਨ ਖਰਾਬਾ ਕਰਵਾ ਦਿੱਤਾ ਜਾਵੇ। ਹੁਣੇ ਦੀ ਘਟਨਾ ਹੈ, ਦੇਰ ਰਾਤ ਇੱਕ ਘਟਨਾ ਹੋਈ ਹੈ, ਲਾਈਵ ਪ੍ਰੈਸ ਕਾਨਫਰੰਸ ਸੀਗੀ ਕਿਸਾਨ ਆਗੂਆਂ ਦੀ, ਵਿਗਿਆਨ ਭਵਨ ਤੋਂ ਵਾਪਸ ਆਉਂਦੇ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਸਾਰੇ ਮੀਡੀਆ ਕਰਮੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ ਜਿਹੜੀ ਪ੍ਰੈਸ ਕਾਨਫਰੰਸ ਵਾਲੀ ਜਗ੍ਹਾ ਉੱਥੇ ਪਹੁੰਚਣਗੇ। ਉੱਥੇ ਸਾਰੇ ਹੀ ਮੀਡੀਆ ਕਰਮੀ ਪਹੁੰਚੇ, ਲੇਕਿਨ ਕਾਫੀ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਰਾਤੀ 10:30-11 ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, ਔਰ ਜਿਸ ਦੇ ਵਿੱਚ ਕਿਸਾਨ ਆਗੂ ਆਉਂਦੇ ਹਨ। ਉਹਨਾਂ ਕਿਸਾਨ ਆਗੂਆਂ ਵਿੱਚ ਕਾਦੀ ਰਣਵੀਰ ਸਿੰਘ ਕਾਦੀਆ, ਰਕੇਸ਼ ਡਕੈਤ ਜੀ ਸੀਗੇ, ਮਨਜੀਤ ਰਾਏ ਜੀ, ਸੰਧੂ ਸਾਹਿਬ ਸੀਗੇ, ਔਰ ਹੋਰ ਵੀ ਕਿਸਾਨ ਆਗੂ ਜਗਵੇਸ਼ ਡੱਲੇਵਾਲ ਸਾਹਿਬ ਵੀ ਸੀਗੇ। ਤਾਂ ਉੱਥੇ ਜਦੋਂ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉੱਥੇ ਇੱਕ ਸ਼ਖਸ ਜਿਹੜਾ ਉਸਨੂੰ ਮੀਡੀਆ ਦੇ ਰੂਬਰੂ ਕਰਾਇਆ ਜਾਂਦਾ, ਜਿਸਦਾ ਮੂੰਹ ਤਾਂ ਬੰਨਿਆ ਹੋਇਆ ਸੀਗਾ, ਉਹਦੇ ਫੇਸ ਦੀ ਜਿਹੜੀ ਆ ਪਿਕਚਰ ਉਹ ਨਹੀਂ ਆ ਸਕੀ, ਲੇਕਿਨ ਉਹ ਸ਼ਖਸ ਜਿਹੜਾ ਉੱਥੇ ਆਉਂਦਾ ਹੈ ਤੇ ਉਹ ਬਿਆਨ ਕਬੂਲ ਕਰਦਾ ਹੈ, ਉੱਥੇ ਗੱਲ ਕਰਦਾ ਹੈ। ਜਦੋਂ ਮੀਡੀਆ ਦੇ ਸਨਮੁਖ ਉਸਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਜਿਹੜੇ ਆ ਉਹ ਇੱਥੇ ਇਸ ਅੰਦੋਲਨ ਨੂੰ ਖਰਾਬ ਕਰਨ ਲਈ ਸਾਨੂੰ ਕਿਸ ਤਰ੍ਹਾਂ ਕੰਮ ਲਾਇਆ ਹੋਇਆ, ਕਿੱਦਾਂ ਦੀ ਸਾਨੂੰ ਟ੍ਰੇਨਿੰਗ ਦਿੱਤੀ ਹੋਈ ਆ। ਉਹਨੇ ਇੱਥੋਂ ਤੱਕ ਕਬੂਲ ਕੀਤਾ ਹੈ ਕਿ ਸਾਡੇ 10-10 ਜਣਿਆਂ ਦੀਆਂ ਟੋਲੀਆਂ ਹਨ, 5 ਅਸੀਂ ਟੋਟਲ 50 ਲੋਕ ਜਿਹੜੇ ਕਿ ਇੱਥੇ ਇਸ ਅੰਦੋਲਨ ਦੇ ਵਿੱਚ ਮਤਲਬ ਕਿ ਇਸ ਅੰਦੋਲਨ ਨੂੰ ਤੜੀ ਪਾੜ ਕਰਨ ਵਾਸਤੇ ਸਾਨੂੰ ਲਾਇਆ ਗਿਆ। ਉਹਨਾਂ ਉਹਦੇ ਦੱਸਣ ਅਨੁਸਾਰ ਸੀਗਾ ਕਿ ਅਸੀਂ 10 ਲੋਕ ਸੀਗੇ, ਜਿਹਦੇ ਵਿੱਚ 2 ਲੜਕੀਆਂ ਤੇ 8 ਲੜਕੇ ਸੀਗੇ। ਸਾਨੂੰ 23 ਤਰੀਕ ਨੂੰ ਜਿਹੜੇ ਆ ਹਥਿਆਰ ਸਪਲਾਈ ਹੋਣੇ ਸੀਗੇ, ਪਰ ਉਹਨਾਂ ਹਥਿਆਰਾਂ ਦੇ ਨਾਲ ਅਸੀਂ ਇੱਥੇ ਅੰਦੋਲਨ ਦੇ ਵਿੱਚ ਜਿਹੜਾ ਗੜਬੜੀ ਜਿਹੜੀ ਉਹ ਪੈਦਾ ਕਰਨੀ ਸੀਗੀ। ਉਹ ਹਥਿਆਰ ਇਸ ਲਈ ਹੋਣੇ ਸੀਗੇ ਕਿ 26 ਤਰੀਕ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਵੱਲੋਂ ਚੱਲਣਾ ਸੀ ਤਾਂ ਇੱਧਰੋਂ ਕੁਛ ਕਿਸਾਨਾਂ ਵੱਲੋਂ ਫਾਇਰਿੰਗ, ਯਾਨੀ ਕਿ ਉਹਨਾਂ ਲੋਕਾਂ ਨੇ ਫਾਇਰਿੰਗ ਕਰਨੀ ਸੀ, ਲੇਕਿਨ ਪੁਲਿਸ ਨੂੰ ਲੱਗਣਾ ਸੀ ਕਿ ਕਿਸਾਨ ਫਾਇਰਿੰਗ ਕਰ ਰਹੇ ਨੇ। ਉਸ ਦੀ ਡਿਊਟੀ ਇਸ ਕੰਮ ਵਾਸਤੇ ਲਾਈ ਗਈ ਸੀ ਕਿ ਪੁਲਿਸ ਵੀ ਵਰਦੀ ਪਾ ਕੇ ਉਹਨਾਂ ਨੇ ਕਿਸਾਨਾਂ ਤੇ ਲਾਠੀ ਚਾਰਜ ਕਰਨਾ ਸੀ। ਸੋ ਏਦਾਂ ਦੇ ਜਿਹੜੇ ਹੱਥਕੰਡੇ ਆ ਉਹ ਸਰਕਾਰ ਜਿਹੜੀ ਆ ਅਪਣਾ ਰਹੀ ਹੈ, ਔਰ ਉਸ ਨੌਜਵਾਨ ਦੇ ਦੱਸਣ ਤੇ ਇਹ ਵੀ ਆਇਆ ਕਿ 32 ਜਿਹੜੀਆਂ ਜਥੇਬੰਦੀਆਂ 32 ਆਗੂ ਨੇ ਪੰਜਾਬ ਦੇ, ਉਹਨਾਂ ਵਿੱਚੋਂ 4 ਆਗੂ ਨੇ ਕੋਈ ਜਿਹਨਾਂ ਦੇ ਨਾਂ ਜਿਹੜੇ ਨੇ ਉਹ ਸੀਕ੍ਰੇਟ ਰੱਖੇ ਗਏ ਨੇ, ਨਹੀਂ ਦੱਸੇ ਗਏ ਪ੍ਰੈਸ ਕਾਨਫਰੰਸ ਦੇ ਵਿੱਚ, ਕਿ ਜਿਹਨਾਂ ਨੂੰ ਸ਼ਾਰਪ ਸ਼ੂਟਰ ਦੇ ਦੁਆਰਾ ਸਟੇਜ ਦੇ ਉੱਤੇ ਸ਼ੂਟ ਕੀਤੇ ਜਾਣਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ। ਬਲਕਿ ਏਦਾਂ ਦੀਆਂ ਜਿਹੜੀਆਂ ਹੱਥਕੰਡੇ ਸਰਕਾਰ ਜਿਹੜੀ ਆ ਉਹ ਇਸ ਅੰਦੋਲਨ ਲਈ ਅਪਣਾ ਰਹੀ ਹੈ ਤਾਂ ਜੋ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਖਤਮ ਕਰ ਦਿੱਤਾ ਜਾਵੇ, ਔਰ ਇਹ ਕੋਈ ਦੰਗਾ ਕਰਵਾ ਦਿੱਤਾ ਜਾਵੇ ਜਿਸ ਨਾਲ ਇਹ ਅੰਦੋਲਨ ਜਿਹੜਾ ਉਹ ਖਤਮ ਹੋ ਜਾਏ। ਮਤਲਬ ਕਿ ਹੋਰ ਜਿਹੜੀ ਸਰਕਾਰ ਹੈ ਤੇ ਉਹਦੀਆਂ ਜਿਹੜੀਆਂ ਏਜੰਸੀਆਂ ਨੇ ਭਾਰਤ ਸਰਕਾਰ ਦੀਆਂ, ਉਹ ਇਸ ਹੱਦ ਤੱਕ ਲੱਗੀਆਂ ਹੋਈਆਂ ਨੇ। ਔਰ ਅਸੀਂ ਦੱਸ ਦਈਏ ਕਿ ਉੱਥੇ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਲੀਡਰ ਨੇ ਉਹਨਾਂ ਨੂੰ ਬਹੁਤ ਹੀ ਸੰਭਲ ਕੇ ਹੁਣ ਕਦਮ ਰੱਖਣੇ ਪੈਣਗੇ, ਬਹੁਤ ਹੀ ਸੋਚ ਸਮਝ ਕੇ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਪਵੇਗਾ, ਕਿਉਂਕਿ ਸਰਕਾਰ ਦੀ ਨੀਤੀ ਵੀ ਅਤੇ ਸਰਕਾਰ ਦੀ ਨੀਅਤ ਵੀ ਇਹ ਆ ਕਿ ਇਹ ਜਿਹੜਾ ਅੰਦੋਲਨ ਆ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਵਾਇਲੈਂਟ ਹੋ ਜਾਵੇ, ਔਰ ਜਿੱਦਾਂ ਹੀ ਇਹ ਵਾਇਲੈਂਟ ਹੋਇਆ ਫਿਰ ਉਹਨਾਂ ਨੂੰ ਜਿਹੜਾ ਦਬਾਉਣਾ ਸਖਤੀ ਦੇ ਨਾਲ ਫੋਰਸਿਸ ਦੇ ਨਾਲ ਉਹ ਈਜ਼ੀ ਹੋਊਗਾ, ਔਰ ਕਿਸੇ ਵੀ ਤਰ੍ਹਾਂ ਜਿਹੜੇ ਉੱਥੋਂ ਦੇ ਲੀਡਰ ਨੇ ਸੁਣਦੇ ਨੇ ਕਿਤੇ ਗੱਲ ਸੋਸ਼ਲ ਮੀਡੀਆ 'ਤੇ ਜਿਹੜੀ ਨੌਜਵਾਨੀ ਹੈ ਜਾਂ ਜਿਹੜੇ ਲੋਕ ਉਸ ਅੰਦੋਲਨ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਬਹੁਤ ਹੀ ਸੋਚ ਸਮਝ ਕੇ ਚੱਲਣਾ ਪਊਗਾ। ਸੋ ਉਹ ਮੈਂ ਤੁਹਾਡੀ ਸੁਣ ਰਿਹਾ ਸਾਂ, ਕੱਲ੍ਹ ਇੰਟਰਵਿਊ ਵੇਖ ਰਿਹਾ ਸਾਂ ਸਿਰਸਾ ਸਾਹਿਬ ਦੇ ਨਾਲ, ਉਹ ਇੱਕ ਲੈਟਰ ਹੈੱਡ ਵਿਖਾ ਰਹੇ ਸੀ BJP ਦਾ, ਐਂਡ ਉਹਦੇ ਉੱਤੇ ਕਾਫੀ ਕੁਝ ਖਦਸ਼ੇ ਜਿਹੜੇ ਜ਼ਾਹਰ ਕੀਤੇ ਗਏ ਸੀ ਜੀ। ਇਸ ਤਰ੍ਹਾਂ ਸੀਗਾ ਰਾਜ ਸਾਹਿਬ, ਇੱਕ ਲੈਟਰ ਹੈੱਡ ਹੈ ਜਿਹੜਾ ਕਿ ਦਿੱਲੀ BJP ਦਾ ਹੈ,
ਦਿੱਲੀ ਬੀਜੇਪੀ ਦੇ ਜਿਹੜੇ ਪ੍ਰਧਾਨ ਹਨ ਉਹਨਾਂ ਦੇ ਸਾਈਨਾਂ ਦੇ ਅੰਦਰ ਉਹ ਜਿਹੜਾ ਲੈਟਰ ਹੈਡ ਦੇ ਉੱਤੇ ਇੱਕ ਲੈਟਰ ਛਪਿਆ ਹੈ ਜੋ ਕਿ 15 ਜਨਵਰੀ ਨੂੰ ਸੋਸ਼ਲ ਮੀਡੀਆ ਦੇ 15 ਜਨਵਰੀ ਨੂੰ ਲੈਟਰ ਬਣਦਾ ਹੈ ਤੇ ਅਗਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਵਿੱਚ ਆਉਂਦਾ ਹੈ, ਜੀ ਨਿਊਜ਼ ਤੇ ਵੀ ਆਉਂਦਾ ਹੈ, ਆਜ ਤੱਕ ਤੇ ਵੀ ਆਉਂਦਾ ਹੈ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ 26 ਤਰੀਕ ਨੂੰ ਕਿਸਾਨ ਜਿਹੜੇ ਨੇ ਉਹ ਏਦਾਂ ਅੰਦੋਲਨ 'ਚ ਦਿੱਲੀ ਦੇ ਵਿੱਚ ਐਂਟਰ ਹੋ ਰਹੇ ਨੇ, ਇਹ ਬੜੇ ਗਲਤ ਨੇ, ਇਹਨਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਗਲਤ ਨੇ, ਇਹ ਦੇਸ਼ ਧਰੋਹੀ ਲੋਕ ਨੇ, ਇਹ ਸਾਡੇ ਖਿਲਾਫ ਚੱਲਣ ਵਾਲੇ ਲੋਕ ਨੇ। ਇਸ ਕਰਕੇ ਉਹਨਾਂ ਨੇ ਆਪਣੇ ਕਾਰਿਆਕਰ ਜਿਹੜੇ ਉਹਨਾਂ ਦੇ ਵਲੰਟੀਅਰਸ ਨੇ ਉਹਨਾਂ ਨੂੰ ਇਹ ਸੰਬੋਧਨ ਕੀਤਾ ਸੀਗਾ ਕਿ ਆਪਾਂ ਇਹਨਾਂ ਲੋਕਾਂ ਨੂੰ ਜਿਹੜਾ ਉਹ ਦਿੱਲੀ ਨਹੀਂ ਵੜਨ ਦੇਣਾ, ਇਹਨਾਂ ਨੂੰ ਰੋਕਣਾ ਹੈ ਔਰ ਇਹਨਾਂ ਦਾ ਜਿਹੜਾ ਪੂਰੀ ਤਰ੍ਹਾਂ ਦਿੱਲੀ 'ਚ ਆਉਣ ਦਾ ਵਿਰੋਧ ਕਰਨਾ ਹੈ। ਅਗਰ ਤੁਸੀਂ ਲੋਕ ਇਹਨਾਂ ਦਾ ਵਿਰੋਧ ਕਰੋਗੇ, ਇਹਨਾਂ ਦੇ ਉੱਤੇ ਲਾਠੀਚਾਰਜ ਕਰੋਗੇ ਜਾਂ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਝਗੜਾ ਕਰੋਗੇ ਤਾਂ ਉਹ ਆਪਣੇ ਘਰ ਜਿਹੜੇ ਉਹਨਾਂ ਦੇ ਵਲੰਟੀਅਰਸ ਨੇ ਉਹਨਾਂ ਨੂੰ ਇਹ ਸਿੱਧੇ ਸ਼ਬਦਾਂ 'ਚ ਕਿਹਾ ਗਿਆ ਸੀਗਾ ਕਿ ਤੁਹਾਡੇ ਉੱਤੇ ਕੋਈ ਅਜਿਹਾ ਕੇਸ ਨਹੀਂ ਬਣੇਗਾ ਜਦੋਂ ਤੁਸੀਂ ਇਹਨਾਂ ਨਾਲ ਟਕਰਾਉ ਦੀ ਸਥਿਤੀ ਦੇ ਵਿੱਚ ਹੋਵੋਗੇ। ਸੋ ਏਦਾਂ ਕਰਕੇ ਉਹ ਜਿਹੜੀ ਚਿੱਠੀ ਆ ਉਹਨੇ ਕਾਫੀ ਜਿਹੜਾ ਦਹਿਸ਼ਤ ਜਿਹੜੀ ਆ ਉਹ ਪਿਛਲੇ ਦਿਨਾਂ 'ਚ ਰਹੀ ਹੈ ਔਰ ਉਹ ਚਿੱਠੀ ਸਰਸਾ ਬਲਦੇਵ ਸਿੰਘ ਸਰਸਾ ਜੀ ਨੇ ਸਾਹਮਣੇ ਲਿਆਂਦੀ ਹੈ ਮੀਡੀਆ ਦੇ ਔਰ ਉਹਨਾਂ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਕਤਲ ਕਰਵਾ ਦਿੱਤਾ ਜਾਊਗਾ ਅਗਰ ਮੇਰਾ ਤੇ ਮੇਰੇ ਪਰਿਵਾਰ ਦਾ ਇਸ ਤਰ੍ਹਾਂ ਕੁਛ ਹੋ ਜਾਂਦਾ ਤਾਂ ਉਹਦੀ ਜਿਹੜੀ ਪੂਰੀ ਜ਼ਿੰਮੇਵਾਰੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਬਹੁਤ ਵੱਡੀ ਗੱਲ ਕਹੀ ਔਰ ਸਿੱਧੇ ਤੌਰ ਤੇ ਇਲਜ਼ਾਮ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਤੇ ਸਿੱਧੇ ਤੌਰ ਤੇ ਇਲਜ਼ਾਮ ਲਾਏ ਨੇ ਅਗਰ ਮੇਰਾ ਤੇ ਮੇਰੇ ਪਰਿਵਾਰ ਦਾ ਅਗਰ ਕੋਈ ਕਤਲ ਹੋ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਇਹ ਦੋਨੇ ਲੋਕ ਹੋਣਗੇ। ਉਹਨਾਂ ਨੇ ਬਿਲਕੁਲ ਸਿੱਧੇ ਤੌਰ ਤੇ ਨਾਂ ਲੈ ਕੇ ਇਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਲਾਏ ਹਨ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਿਲਕੁਲ ਸਾਹਮਣੇ ਆ ਰਹੀਆਂ ਨੇ ਔਰ ਅੱਜ ਉਹ ਸ਼ਾਮ ਦੀ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜੀ ਸਿਰਸਾ ਆਪਣੇ ਸਵੇਰੇ ਗੱਲ ਕਹੀ ਹੈ ਉਹ ਕਿਤੇ ਨਾ ਕਿਤੇ ਦੋਨੇ ਇਹ ਗੱਲਾਂ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਆਉਂਦੀਆਂ ਨੇ ਤੇ ਹੋ ਸਕਦਾ ਜਿਹੜੇ ਨਾਂ ਸੀਕ੍ਰੇਟ ਰੱਖੇ ਗਏ ਨੇ ਉਹਨਾਂ ਚਾਰਾਂ ਨਾਵਾਂ 'ਚ ਇੱਕ ਨਾਂ ਸਿਰਸਾ ਸਾਹਿਬ ਦਾ ਵੀ ਹੋਵੇ। ਔਰ ਫਿਰ ਇੱਕ ਵਾਰੀ ਦੱਸ ਦਈਏ ਕਿ ਜਿਹੜਾ ਇਹ ਅੰਦੋਲਨ ਹੈ ਜਿੱਥੋਂ ਸਾਡੀ ਗੱਲਬਾਤ ਹੋ ਰਹੀ ਹੈ ਦਿੱਲੀ ਤੋਂ ਹੀ ਸਾਡੀ ਗੱਲਬਾਤ ਸਰਦਾਰ ਓਂਕਾਰ ਸਿੰਘ ਹੋਰਾਂ ਨਾਲ ਹੋ ਰਹੀ ਹੈ। ਇਹਨਾਂ ਦੀਆਂ ਕੰਟੀਨਿਊ ਰਿਪੋਰਟਿੰਗ ਜਿਹੜੀਆਂ ਵੀਡੀਓ ਜਿਹੜੀਆਂ ਇੰਟਰਵਿਊਜ਼ ਜਿਹੜੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਕੱਲ੍ਹ ਸਾਰਾ ਦਿਨ ਵਿਗਿਆਨ ਭਵਨ ਤੋਂ ਲਾਈਵ ਏਕਮ ਟੀ ਵੀ ਚੈਨਲ ਜਿਹੜਾ ਫੇਸਬੁੱਕ 'ਤੇ ਵੀ ਯੂਟਿਊਬ ਚੈਨਲ 'ਤੇ ਐਂਡ ਨਾਲ ਦੀ ਨਾਲ ਆਈ ਪੀ ਚੈਨਲ 'ਤੇ ਤੁਸੀਂ ਇਹਨਾਂ ਦੀਆਂ ਸਾਰੀਆਂ ਇੰਟਰਵਿਊ ਆ ਜਿਹੜੀਆਂ ਇਲਜ਼ਾਮਾਂ ਦੀ ਗੱਲ ਕੀਤੀ ਹੈ ਅਮਿਤ ਸ਼ਾਹ ਐਂਡ ਪ੍ਰਧਾਨ ਮੰਤਰੀ ਮੋਦੀ ਸਾਹਿਬ 'ਤੇ ਲਾਏ ਨੇ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਉਹ ਵੀ ਇਹਨਾਂ ਦੀ ਹੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਲਾਏ ਨੇ ਔਰ ਤੁਸੀਂ ਉਹਨਾਂ ਨੂੰ ਦੁਬਾਰਾ ਵੇਖ ਸਕਦੇ ਹੋ, ਨਵੀਆਂ ਅਪਡੇਟ ਵੇਖ ਸਕਦੇ ਹੋ, ਏਕਮ ਟੀ ਵੀ ਫੇਸਬੁੱਕ ਚੈਨਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ। ਸੋ ਓਂਕਾਰ ਸਿੰਘ ਜੀ ਇਹ ਜਿਹੜਾ ਅੰਦੋਲਨ ਹੈ ਮੈਨੂੰ ਲੱਗਦਾ ਬਹੁਤ ਹੀ ਖਤਰਨਾਕ ਮੋੜ 'ਤੇ ਆ ਗਿਆ ਹੈ। ਇਹ ਸੰਭਲ ਸੰਭਲ ਕੇ ਹੁਣ ਜਿਹੜੇ ਲੀਡਰ ਨੇ ਅੰਦੋਲਨ ਦੇ ਅਤੇ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਨੂੰ ਚੱਲਣਾ ਪਊਗਾ। ਅਖੀਰ 'ਤੇ ਕੁਝ ਹੋਰ ਕਹਿਣਾ ਚਾਹੁੰਦੇ ਹੋ? ਸਮੇਂ ਇਹ ਹੈ ਕਿ ਜਿਹੜਾ ਹੁਣ ਤੱਕ ਅੰਦੋਲਨ ਹੈ ਉਸਦੇ ਵਿੱਚ ਜਿਹੜਾ ਇਕੱਠ ਹੈ ਉਹ ਦਿਨੋ ਦਿਨ ਵੱਧ ਰਿਹਾ ਹੈ। ਅੰਦੋਲਨ ਦੇ ਵਿੱਚ ਹਜ਼ੂਮ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਔਰ ਬਹੁਤ ਜ਼ਿਆਦਾ ਜਿਹੜੇ ਹੈ ਨੌਜਵਾਨ ਹਜੇ ਤੱਕ ਸੰਭਲੇ ਹੋਏ ਹਨ। ਵਲੰਟੀਅਰਸ ਦੀਆਂ ਡਿਊਟੀਆਂ ਲੱਗਦੀਆਂ ਹਨ, ਹਰ ਟਰਾਲੀ ਦੇ ਕੋਲ ਦੋ ਦੋ ਵਲੰਟੀਅਰ ਜਿਹੜੇ ਆ ਉਹ ਰਾਤ ਨੂੰ ਜਾਗਦੇ ਹਨ ਤੇ ਪਹਿਰਾ ਦਿੰਦੇ ਹਨ ਔਰ ਉਹ ਪੂਰੀ ਤਰ੍ਹਾਂ ਮੁਸਤੈਦ ਹਨ। ਕਿਸੇ ਤਰ੍ਹਾਂ ਦਾ ਵੀ ਕੋਈ ਬਾਹਰੋਂ ਸ਼ਰਾਰਤੀ ਅੰਸਰ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਐਂਟਰੀ ਨਾ ਕਰੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਕਿਸੇ ਵੀ ਤਰ੍ਹਾਂ ਦੀ ਏਦਾਂ ਦੀ ਘਟਨਾ ਤੋਂ ਜਿਹੜਾ ਬਚਿਆ ਜਾ ਸਕੇ ਇਸ ਦੇ ਉੱਤੇ ਪੂਰਾ ਪਹਿਰਾ ਦਿੱਤਾ ਜਾ ਰਿਹਾ। ਔਰ ਜਿਹੜੇ ਸਾਡੇ ਕਿਸਾਨ ਆਗੂ ਨੇ ਉਹ ਵੀ ਬੜੀ ਸੁਵਿਧਾ ਦੇ ਨਾਲ ਇਸ ਅੰਦੋਲਨ ਦੇ ਉੱਤੇ ਪਹਿਰਾ ਦੇ ਰਹੇ ਹਨ ਔਰ ਇੱਕ ਵੱਡਾ ਐਲਾਨ ਜਿਹੜਾ ਅੱਜ ਪੰਜਾਬ ਗੌਰਮੈਂਟ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਅੰਦੋਲਨ ਦੇ ਦੌਰਾਨ ਜਿੰਨੇ ਵੀ ਕੋਈ ਸ਼ਹੀਦ ਹੁੰਦਾ ਹੈ ਉਹਨਾਂ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਏਗੀ ਪੰਜਾਬ ਗੌਰਮੈਂਟ ਵੱਲੋਂ, ਅਗਰ ਜੋ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ। ਇਹ ਵੀ ਇੱਕ ਵੱਡੀ ਗੱਲ ਜਿਹੜੀ ਆ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀ ਗਈ ਹੈ ਇਸ ਅੰਦੋਲਨ ਦੀ ਸਪੋਰਟ ਦੇ ਵਿੱਚ ਕਹਿ ਸਕਦੇ ਆਪਾਂ, ਜਾਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਆਰਥਿਕ ਜਾਂ ਮਾਲੀ ਸਹਾਇਤਾ ਦੇਣ ਲਈ ਇਹ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਵੀ ਸਾਹਮਣੇ ਆਈ ਹੈ। ਬਹੁਤ ਮਿਹਰਬਾਨੀ ਓਂਕਾਰ ਸਿੰਘ ਜੀ, ਸਾਡੀਆਂ ਬੈਸਟ ਵਿਸ਼ਿਜ਼ ਜਿਹੜੇ ਅੰਦੋਲਨਕਾਰੀ ਨੇ ਲੀਡਰ ਨੇ ਉਹਨਾਂ ਦੇ ਨਾਲ ਹੈ, ਪਰ ਇਹ ਜ਼ਰੂਰ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਵਾਇਲੇਸ਼ਨ ਨਾ ਵਧੇ, ਕੋਈ ਨਾ ਕੋਈ ਜਿਹੜਾ ਸਾਰਥਿਕ
ਨਤੀਜਾ ਨਿਕਲੇ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਨੀਆਂ ਜਾਣ, ਆਪਣੇ ਆਪਣੇ ਘਰ ਜਾਣ, ਆਪੋ ਆਪਣੇ ਕੰਮ ਕਾਰ ਕਰਨ। ਸੋ ਬਹੁਤ ਮਿਹਰਬਾਨੀ, ਤੁਸੀਂ ਟਾਈਮ ਕੱਢਿਆ ਅਤੇ ਸਾਡੇ ਨਾਲ ਇੰਨੀ ਸਾਰੀ ਜਾਣਕਾਰੀ ਸਾਂਝੀ ਕੀਤੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਦਿੱਲੀ ਤੋਂ ਸਰਦਾਰ ਓਂਕਾਰ ਸਿੰਘ ਜੀ, ਬਹੁਤ ਹੀ ਵਧੀਆ ਸਿਆਣੇ ਪੱਤਰਕਾਰ ਨੇ ਔਰ ਇਹਨਾਂ ਨੇ ਬਹੁਤ ਹੀ ਸੰਜਮ ਦੇ ਨਾਲ ਜਿਹੜੀ ਆ ਉਹ ਪੱਤਰਕਾਰੀ ਨੂੰ ਨਿਭਾਇਆ ਔਰ ਹੁਣ ਵੀ ਬੜੇ ਤਰੀਕੇ ਦੇ ਨਾਲ ਇਹ ਗੱਲਬਾਤ ਕਰਦੇ ਨੇ। ਤੋ ਸਾਰੀਆਂ ਲਾਈਵ ਇਹਨਾਂ ਦੀਆਂ ਵੀਡੀਓਜ਼ ਵੇਖਣੀਆਂ ਹੋਣ ਤਾਂ ਏਕਮ ਟੀ ਵੀ ਫੇਸਬੁੱਕ 'ਤੇ ਤੁਸੀਂ ਫੋਲੋ ਕਰ ਸਕਦੇ ਹੋ। ਰਾਤ ਸਾਰੀ ਇਹ ਉੱਥੇ ਦਿਨ ਸੀ, ਨਾਲੋ ਨਾਲ ਜਿਹੜੀਆਂ ਵੀਡੀਓ ਉਹ ਲਾਈਵ ਉੱਥੋਂ ਪਾ ਰਹੇ ਸਨ। ਤੋ ਤੁਸੀਂ ਏਕਮ ਟੀ ਵੀ ਫੇਸਬੁੱਕ ਨੂੰ ਫੋਲੋ ਕਰ ਸਕਦੇ ਹੋ, ਏਕਮ ਟੀ ਵੀ ਯੂਟਿਊਬ ਚੈਨਲ ਨੂੰ ਤੁਸੀਂ ਕਰ ਸਕਦੇ ਹੋ ਸਬਸਕ੍ਰਾਈਬ, ਜਾਂ ਫਿਰ ਆਪਣੇ ਘਰਾਂ ਦੇ ਵਿੱਚ ਏਕਮ ਆਈ ਪੀ ਟੀ ਵੀ ਦੇ ਉੱਤੇ ਇਹ ਸਾਰੀਆਂ ਜਿਹੜੀਆਂ ਵੀਡੀਓਜ਼ ਨੇ, ਜਾਂ ਇਹ ਜਿਹੜੇ ਸਾਰੇ ਪ੍ਰੋ, ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰੋਗਰਾਮ ਨੇ। ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਨੇ ਇੱਕ ਕੌਮੇਡੀ ਸਕਿੱਟ ਕਰਕੇ ਪਾਈ ਹੋਈ ਹੈ, ਉਹਦੇ 'ਚ ਇੱਕ ਰੋਲ ਨਰਿੰਦਰ ਮੋਦੀ ਦਾ ਹੈ, ਕੁਝ ਕਿਸਾਨ ਲੋਕਾਂ ਦੇ ਰੋਲ ਨੇ, ਉਹ ਕੌਮੇਡੀ ਦੇ ਵਿੱਚ ਉਹਨਾਂ ਨੇ ਮੈਸੇਜ ਬੜੇ ਕਮਾਲ ਦੇ ਦਿੱਤੇ ਹੋਏ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਸਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਜਿਹੜਾ ਕੰਟੀਨਿਊ ਚੈਨਲ ਚੱਲਦਾ ਹੈ 24 ਘੰਟੇ, ਉਹਦੇ 'ਤੇ ਵੇਖ ਸਕਦੇ ਹੋ, ਸੁਣ ਸਕਦੇ ਹੋ। ਕੁਝ ਕੁ ਰਿਕਾਰਡਡ ਕਮਰਸ਼ੀਅਲ ਲੈ ਕੇ ਅਸੀਂ ਵਾਪਸ ਆਉਂਦੇ ਹਾਂ ਜੀ। ਲੈਣਾ ਏ ਟਰੱਕ ਲੋਨ ਵੱਡੀ ਨਾ ਕੋਈ ਗੱਲ, ਤੇਜ਼ ਟਰੱਕ ਲੋਨ ਵਾਲੇ ਕੱਢਣ ਅੱਗੇ ਹੱਲ, ਕਰ ਕਰ ਟਰੱਕ ਲੋਨ ਸਿਰਾ ਲਾਈ ਜਾਂਦੇ ਨੇ, ਪੂਰੇ ਹੀ ਕੈਨੇਡਾ ਧੁੰਮਾ ਪਾਈ ਜਾਂਦੇ ਨੇ, ਸਾਰੇ ਹੀ ਕੈਨੇਡਾ ਧੁੰਮਾ ਪਾਈ ਜਾਂਦੇ ਨੇ। ਠੀਕ ਸੁਣਿਆ, ਲੋਨ ਇੱਕ ਟਰੱਕ ਦਾ ਹੋਏ ਜਾਂ 50 ਟਰੱਕਾਂ ਦਾ, ਜਾਂ ਫਿਰ ਲੋਨ ਹੋਏ ਹੈਵੀ ਇਕਵਿਪਮੈਂਟ ਦਾ, ਚਾਹ ਪੀਂਦਿਆਂ ਪੀਂਦਿਆਂ ਲੋਨ ਕਰ ਦਿੰਦੇ ਨੇ ਪਰਮਜੀਤ ਸਿੰਘ, 416-804-2015, ਜਾਂ ਫਿਰ ਆਓ 1200 ਡੇਰੀ ਰੋਡ ਈਸਟ ਯੂਨਿਟ ਨੰਬਰ 22 ਮਿਸੀਸਾਗਾ ਦੇ ਵਿੱਚ, 416-804-2015। CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ। ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। ਜਿਹੜੇ ਲੋਕ ਇਟਾਲੀਅਨ ਫੂਡ ਖਾਣ ਦਾ ਸ਼ੌਕ ਰੱਖਦੇ ਨੇ, ਰੇਲੋਸਨ ਐਂਡ ਮੈਕਲੋਗਲਨ ਦੇ ਏਰੀਏ 'ਚ ਉਹਨਾਂ ਲਈ ਪੀਜ਼ਾ ਕਿੰਗ ਐਂਡ ਪਾਸਤਾ ਬਹੁਤ ਵਧੀਆ ਰੈਸਟੋਰੈਂਟ। ਵੁੱਡ ਬਰਨਿੰਗ ਓਵਨ, ਬਹਿ ਕੇ ਖਾਓਗੇ ਤਾਂ LLBO ਦਾ ਲਾਇਸੈਂਸ, ਚਾਹ ਕੌਫੀ ਗੰਨਿਆਂ ਦਾ ਰਸ ਅਤੇ ਫਲਾਂ ਦਾ ਤਾਜ਼ਾ ਜੂਸ ਸਰਵ ਕੀਤਾ ਜਾਂਦਾ ਹੈ। ਇਲਾਕੇ ਦੇ ਵਿੱਚ ਡਿਲੀਵਰੀ ਫ੍ਰੀ ਹੈ, ਪੀਜ਼ਾ ਪਾਸਤਾ ਲਜ਼ਾਨੀਆਂ ਚਿਕਨ ਵਿੰਗਸ ਫਿਸ਼ ਕੁਝ ਵੀ ਖਾਣਾ ਹੈ, ਸਰਦਾਰ ਚਰਨ ਸਿੰਘ ਜੀ ਨੂੰ ਕਾਲ ਕਰੋ ਪੀਜ਼ਾ ਕਿੰਗ ਐਂਡ ਪਾਸਤਾ 'ਤੇ, 905-400-94-94, 905-460-9494, ਪੀਜ਼ਾ ਕਿੰਗ ਐਂਡ ਪਾਸਤਾ। ਜੇਕਰ ਤੁਸੀਂ ਅਜਿਹੀ ਟਰੱਕਿੰਗ ਕੰਪਨੀ ਨਾਲ ਕੰਮ ਕਰਨਾ ਚਾਹੁੰਦੇ ਹੋ ਜੋ ਤੁਹਾਡੀ ਮਿਹਨਤ ਦਾ ਪੂਰਾ ਮੁੱਲ ਪਾਵੇ, ਤਾਂ ਸੰਪਰਕ ਕਰੋ ਸਰਾਏ ਟਰੱਕਿੰਗ। AZ ਡਰਾਈਵਰ ਦੀ ਲੋੜ ਹੈ, ਓਨਟਾਰੀਓ ਤੋਂ ਮਿਡਵੈਸਟ ਨੂੰ ਜਾਣਾ ਹੈ, 2-3 ਦਿਨਾਂ ਵਿੱਚ ਵਾਪਸੀ। ਸਰਾਏ ਟਰੱਕਿੰਗ ਨਾਲ ਪੱਕਾ ਕੰਮ ਕਰੋ, ਵੀਕਲੀ ਪੇ। ਕਿਸੇ ਜਾਣਕਾਰੀ ਲਈ ਕਾਲ ਸਤਨਾਮ ਜਾਂ ਬਿੰਦੀ ਸਰਾਏ, 905-794-8837, 905-794-8837। ਪਾਰਟਨਰ ਵਿਦ ਕੰਪਨੀ ਹੂ ਵੈਲਿਊਜ਼ ਯੂ, ਸਰਾਏ ਟਰੱਕਿੰਗ। January 1, 2004 ਜਾਂ ਉਸ ਤੋਂ ਬਾਅਦ ਪੈਦਾ ਹੋਏ ਬੱਚਿਆਂ ਨੂੰ ਕੈਨੇਡਾ ਲਰਨਿੰਗ ਬੌਂਡ ਮਿਲ ਸਕਦਾ ਹੈ ਜੇਕਰ ਤੁਸੀਂ ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ ਲਈ ਕੁਆਲੀਫਾਈ ਕਰਦੇ ਹੋ। ਇਹ ਹੈ ਕੀ ਆ, ਕਿਹੜੀ ਕਿਹੜੀ ਫੈਮਿਲੀਜ਼ ਕੁਆਲੀਫਾਈ ਕਰ ਸਕਦੀਆਂ ਨੇ, ਉਸ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਇੱਕ ਵਾਰੀ ਕਾਲ ਜ਼ਰੂਰ ਕਰੀਓ। ਪਰ ਨਾਲ ਦੀ ਨਾਲ ਇਸ ਵਾਸਤੇ ਤੁਹਾਨੂੰ ਆਪਣੇ ਬੱਚੇ ਨੂੰ RESP ਪਲਾਨ ਦੇ ਵਿੱਚ ਰਜਿਸਟਰ ਕਰਨਾ ਪਵੇਗਾ। ਸੋ ਕਾਲ ਕਰਨ ਲਈ ਸਾਡਾ ਨੰਬਰ 416-930-4353। ਫਰਨੀਚਰ ਦਾ ਇੱਕ ਬਹੁਤ ਸੋਹਣਾ ਸਟੋਰ, ਆਲ ਕਾਈਂਡਸ ਫਰਨੀਚਰ, ਤੁਹਾਡੇ ਮਨਪਸੰਦ ਦਾ ਫਰਨੀਚਰ ਅਤੇ ਗਿਫਟ ਆਈਟਮਸ, ਆਲ ਕਾਈਂਡਸ ਫਰਨੀਚਰ, ਕੁਝੇ ਚ ਬੰਦ ਕੀਤਾ ਹੋਇਆ ਸਮੁੰਦਰ, ਆਲ ਕਾਈਂਡਸ ਫਰਨੀਚਰ, ਡਿਲੀਵਰੀ ਫਰੀ। ਕਾਲ ਅਜਮੇਰ ਸਿੰਘ, 416-741-4686। ਐਵਰੋ ਟਰਾਂਸਪੋਰਟ ਨੂੰ ਲੋਕਲ ਮੌਂਟਰੀਅਲ USA ਅਤੇ ਹਰ ਪਾਸੇ ਨੂੰ ਚੱਲਣ ਵਾਲੇ 1 ਸਾਲ ਦੇ ਤਜਰਬੇ ਨਾਲ ਟਰੱਕ ਡਰਾਈਵਰ ਚਾਹੀਦੇ ਹਨ। ਕਾਲ ਗੁਰਨੇ ਖਟੜਾ, 416-829-4848-28। Accounting sahi hai ta life sahi hai, we help you maintain your business health. Jadon to sadi accounting inna kol aayi hai sanu kadi koi problem nahi aayi. Harjeet Kumar, tax ja orders diyan sariyan samasyaavan layi sade naal sampark karo, Harjeet Kumar।
ਏਕਮ ਰੇਡੀਓ ਪ੍ਰੋਗਰਾਮ ਤੁਸੀਂ ਵੇਖੀ ਜਾ ਰਹੇ ਹੋ, ਸੁਣੀ ਜਾ ਰਹੇ ਹੋ। ਮੋਟਾਪਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਵਾਲ ਝੜਦੇ ਨੇ ਜਾਂ ਫਿਰ ਕੋਈ ਚਮੜੀ ਦਾ ਰੋਗ ਹੈ, ਖਾਸ ਤੌਰ 'ਤੇ ਗੋਡੇ ਦੁਖਦੇ ਨੇ ਕਿਸੇ ਦੇ, ਗਠੀਆ ਜੋੜਾਂ ਦਾ ਦਰਦ ਹੈ, ਤਾਂ ਡਾਕਟਰ ਕੋਹਲੀ ਨੇ ਬਹੁਤ ਸਾਰੀਆਂ ਦੇਸੀ ਦਵਾਈਆਂ ਬਣਾਈਆਂ ਨੇ। ਲੰਬੀ ਖੋਜ ਤੋਂ ਬਾਅਦ ਹਰਬਲ ਐਂਡ ਆਯੁਰਵੈਦ ਨੂੰ ਮਿਲਾ ਕੇ ਉਹਨਾਂ ਨੇ ਕੁਝ ਦਵਾਈਆਂ ਬਣਾਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਜੋੜਾਂ ਦੇ ਦਰਦਾਂ ਦਾ ਤੇਲ ਵੀ ਹੈ। ਤੁਸੀਂ ਕਿਸੇ ਵੀ ਨੇੜੇ ਦੇ ਸਟੋਰ ਤੋਂ ਇਹ ਦਵਾਈਆਂ ਜਿਹੜੀਆਂ, ਕਿਉਂਕਿ ਦੇਸੀ ਨੇ, ਕੋਈ ਸਾਈਡ ਇਫੈਕਟ ਨਹੀਂ, ਇਹ ਮਿਲ ਜਾਂਦੀਆਂ ਨੇ। ਪਰ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਰਿਕਮੈਂਡ ਕਰਾਂਗੇ, ਸਲਾਹ ਦੇਵਾਂਗੇ ਕਿ ਤੁਸੀਂ ਡਾਕਟਰ ਕੋਹਲੀ ਨਾਲ ਇੱਕ ਵਾਰੀ ਗੱਲ ਕਰ ਲਓ ਪਹਿਲਾਂ। ਤੋ ਫੋਨ 'ਤੇ ਸਾਰਾ ਕੁਝ ਤੁਹਾਡੀ ਉਹ ਜਿਹੜੀ ਵੀ ਕੋਈ ਸਮੱਸਿਆ ਹੈ, ਗੋਡੇ ਦੁਖਦੇ ਨੇ, ਮੋਢੇ, ਜੋੜ, ਚਮੜੀ, ਕੁਝ ਵੀ, ਉਹ ਡਿਸਕਸ ਕਰ ਲਓ। ਕੋਈ ਪੈਸਾ ਨਹੀਂ, ਫੀਸ ਨਹੀਂ, ਫਿਰ ਤੁਸੀਂ ਉਹਨਾਂ ਦਾ ਜਿਹੜਾ ਵੀ ਦਵਾਈ ਤੁਹਾਨੂੰ ਰਿਕਮੈਂਡ ਕਰਨਗੇ ਉਹਨਾਂ ਦੀ ਬਣਾਈ ਹੋਈ, ਉਹ ਤੁਸੀਂ ਕਿਸੇ ਸਟੋਰ ਤੋਂ ਲੈ ਸਕਦੇ ਹੋ। ਨੰਬਰ ਹੈ ਡਾਕਟਰ ਕੋਹਲੀ ਜੀ ਦਾ 647-5021 ਡਿਕਸੀ ਮੈਡੀਕਲ ਕਲੀਨਿਕ ਦਾ ਇੱਕ ਵਾਰੀ ਫਿਰ ਦੱਸ ਦੇਵਾਂ। ਜਿਹੜੇ ਵੀ ਟਰੱਕ ਡਰਾਈਵਰਸ ਨੇ ਮੈਡੀਕਲ ਕਰਾਉਣਾ ਹੋਵੇ, ਕਿਉਂਕਿ ਕੁਝ ਚਿਰ ਤੋਂ ਬਾਅਦ ਇਹ ਮੈਡੀਕਲ ਦੇਣਾ ਹੀ ਪੈਂਦਾ ਹੈ ਮਿਨਿਸਟਰੀ ਨੂੰ, ਤਾਂ ਉਹ ਮੈਡੀਕਲ ਕਰਾਉਣ ਦੇ ਲਈ ਤੁਹਾਨੂੰ ਕਾਫੀ ਵੇਟ ਕਰਨੀ ਪੈਂਦੀ ਹੈ ਡਾਕਟਰਸ ਦੀ, ਜਾਂ ਫਿਰ ਆਉਂਦੇ ਨਹੀਂ ਡਾਕਟਰਸ ਇਹਨਾਂ ਦਿਨਾਂ 'ਚ ਜ਼ਿਆਦਾਤਰ ਕਲੀਨਿਕ 'ਤੇ। ਡਿਕਸੀ ਮੈਡੀਕਲ ਤੁਹਾਨੂੰ ਆਫਰ ਕਰਦਾ ਹੈ ਕਿ ਤੁਸੀਂ ਸਾਨੂੰ ਕਾਲ ਕਰੋ, ਬਿਨਾਂ ਕਾਲ ਕਰੇ ਤੋਂ ਵੀ ਆ ਜਾਓ 10 ਤੋਂ 15 ਮਿੰਟ ਦੇ ਵਿੱਚ, ਐਬਸੋਲੂਟਲੀ ਨੋ ਵੇਟਿੰਗ ਪੀਰੀਅਡ, ਸਿਰਫ ਜਿਹੜਾ ਸਮਾਂ ਤੁਹਾਡਾ ਪੇਪਰ ਵਰਕ ਨੂੰ ਲੱਗਣਾ ਉਹੀ ਹੈ, ਔਰ ਤੁਹਾਨੂੰ 10-15 ਮਿੰਟਾਂ ਦੇ ਵਿੱਚ ਤੁਹਾਡਾ ਮੈਡੀਕਲ ਪ੍ਰੋਪਰ ਕਰਕੇ ਤੁਹਾਨੂੰ ਵਾਪਸ ਭੇਜ ਦੇਣਗੇ। ਸੋ ਚੱਲਦੇ ਚੱਲਦੇ ਹੀ ਕੰਮ ਤੋਂ ਤੁਸੀਂ ਡਿਕਸੀ ਗੁਰਦੁਆਰਾ ਸਾਹਿਬ ਅਤੇ ਖਾਲਸਾ ਡਰਾਈਵ ਜਿਹੜੀ ਉਹਦੇ ਐਨ ਕੋਰਨਰ ਦੇ ਉੱਤੇ ਆ ਡਿਕਸੀ ਮੈਡੀਕਲ ਸੈਂਟਰ। ਜਾਣਕਾਰੀ ਲਈ ਕਾਲ ਕਰ ਲਓ 905-696-7070। ਗੱਲ ਸਰਕਾਰ ਦੀ ਚੱਲਦੀ ਸੀ, ਗੱਲ ਅਸਲ 'ਚ ਨੀਤ ਅਤੇ ਨੀਤੀ ਦੀ ਹੈ। ਨੀਤੀ ਵੀ ਖਰਾਬ ਹੈ ਕਿਸਾਨਾਂ ਦੇ ਲਈ, ਅਤੇ ਸਰਕਾਰ ਦੀ ਨੀਅਤ ਵੀ ਜਿਹੜੀ ਬਾਹਲੀ ਚੰਗੀ ਨਹੀਂ ਲੱਗਦੀ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਕਿਸੇ ਕੁੜੀ ਦਾ ਰਿਸ਼ਤਾ ਹੋਣਾ ਸੀ, ਉਹ ਮੁੰਡੇ ਵਾਲੇ ਜਿਹੜੇ ਆ ਨਾ, ਉਹ ਇੱਕ ਤਾਂ ਵਿਚੋਲਾ ਜਿਹੜਾ ਸੀ ਉਹ ਕੁੜੀ ਦੇ ਡੈਡੀ ਦਾ ਮਿੱਤਰ ਹੀ ਸੀ, ਉਹ ਕਿਸੇ ਘਰ ਲੈ ਕੇ ਗਿਆ, ਚੰਗਾ ਸਰਦਾ ਪੁੱਜਦਾ ਘਰ ਸੀ, ਗਏ ਉਹਨਾਂ ਨੇ ਚੰਗੀ ਸੇਵਾ ਕੀਤੀ, ਤੋ ਵਾਪਸ ਆਉਂਦੇ ਜਿਹੜਾ ਵਿਚੋਲਾ ਸੀ ਉਹ ਆਪਣੇ ਦੋਸਤ ਨੂੰ ਕਹਿੰਦਾ, ਯਾਰ ਇੱਦਾਂ ਦਾ ਘਰ ਤੈਨੂੰ ਲੱਭਣਾ ਨਹੀਂ, ਕੁੜੀ ਦਾ ਰਿਸ਼ਤਾ ਕਰ ਹੀ ਦੇ ਤੂੰ ਅੱਖਾਂ ਮੀਟ ਕੇ। ਉਹ ਜਿਹੜਾ ਕੁੜੀ ਦਾ ਡੈਡੀ ਸੀ ਉਹ ਕਹਿੰਦਾ, ਯਾਰ ਮੈਨੂੰ 2-4 ਸਵਾਲ ਆ ਮੇਰੇ ਜ਼ਿਹਨ ਦੇ ਵਿੱਚ, ਉਹਨਾਂ ਦੇ ਜਵਾਬ ਮੈਨੂੰ ਦੱਸ ਜੇ ਤੈਨੂੰ ਪਤਾ। ਕਹਿੰਦਾ ਮੈਂ ਵੇਖਦਾ ਸੀ ਉਹਨਾਂ ਦੇ ਘਰ ਦੇ ਵਿੱਚ ਵਰਾਂਡੇ ਦੇ ਵਿੱਚ ਕੁਝ ਜਿਹੜੇ ਉਹ ਬੋਰੀਆਂ ਦੇ ਗੱਟੇ ਪਏ ਹੁੰਦੇ ਆ, ਜਿਹੜੇ ਗਰੀਬ ਲੋਕਾਂ ਨੂੰ ਜਿਹੜੇ ਸਰਕਾਰੀ ਤੌਰ 'ਤੇ ਮਿਲਦੇ ਆ, ਉਹ ਪਏ ਸੀ, ਉਹ ਕੀ ਕਰਦੇ ਸੀ ਇਹਨਾਂ ਦੇ ਘਰ, ਇਹ ਤਾਂ ਚੰਗੇ ਭਲੇ ਆ। ਉਹ ਕਹਿੰਦਾ ਕੀ ਪੁੱਛਦਾ, ਇਹ ਬੰਦੇ ਦੀ ਸਰਕਾਰੀ ਦੁਆਰੇ ਚੱਲਦੀ ਬੜੀ ਆ। ਕਹਿੰਦਾ ਜਿੰਨੀਆਂ ਸਕੀਮਾਂ ਚੱਲਦੀਆਂ ਨੇ ਗਰੀਬਾਂ ਲਈ, ਉਹ ਸਾਰੀਆਂ ਇਹਨੇ ਆਪਣੇ ਘਰ ਲਈ ਵੀ ਲਾਗੂ ਕਰਵਾਈਆਂ ਹੋਈਆਂ ਆ 2 ਨੰਬਰ 'ਚ ਹੀ। ਉਹ ਸਾਰਾ ਰਾਸ਼ਨ ਇਹਦੇ ਘਰ ਸਮਾਨ ਆ ਜਾਂਦਾ, ਜਿਹੜਾ ਦਾਲ ਆਟਾ ਸਿਸਟਮ ਆ ਨਾ ਉਹ ਵੀ ਇਹ ਲੈਂਦਾ। ਕਹਿੰਦਾ ਇਹਨਾਂ ਦੇ ਬਿੱਲ ਮੀਟਰ ਵੀ ਉਹ ਲਾਇਆ ਜਿਹਦਾ ਬਿੱਲ ਹੀ ਨਹੀਂ ਆਉਂਦਾ, ਉਹ ਵੀ ਸਬਸਿਡੀ ਲੈਂਦਾ। ਫਿਰ ਕਹਿੰਦਾ ਇਹਨਾਂ ਨੇ, ਕਹਿੰਦਾ ਹਾਲੇ ਕਹਿੰਦਾ 55-60 ਸਾਲਾਂ ਦੇ ਆ, ਅਤੇ ਪੈਨਸ਼ਨਾਂ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਕਿੱਦਾਂ ਲਵਾਈਆਂ, ਉਹ ਵੀ ਲਵਾਈਆਂ ਆ। ਕਹਿੰਦਾ ਹੋਰ ਵੀ ਜਿੰਨੀਆਂ ਸਰਕਾਰੀ ਸਹੂਲਤਾਂ ਨਾ ਗਰੀਬਾਂ ਬੰਦਿਆਂ ਨੂੰ ਮਿਲਦੀਆਂ, ਉਹ ਸਾਰੀਆਂ ਇਹਨਾਂ ਨੇ ਕਹਿੰਦਾ ਲਈਆਂ ਹੋਈਆਂ, ਬੜੀ ਚੱਲਦੀ ਆ। ਕਹਿੰਦਾ ਕਰਦੇ ਰਿਸ਼ਤਾ, ਕੁੜੀ ਬੜੀ ਸੌਖੀ ਰਹਿਣੀ ਆ। ਉਹ ਜਿਹੜਾ ਕੁੜੀ ਦਾ ਡੈਡੀ ਸੀ ਉਹ ਆਪਣੇ ਦੋਸਤ ਨੂੰ ਕਹਿੰਦਾ, ਸੱਜਣਾ ਮੇਰਾ ਦੋਸਤ ਆ, ਕਹਿੰਦਾ ਪਹਿਲਾਂ ਤਾਂ ਸ਼ਾਇਦ ਮੈਂ ਕਰ ਦਿੰਦਾ ਰਿਸ਼ਤਾ ਕੁੜੀ ਦਾ ਇੱਥੇ, ਪਰ ਹੁਣ ਨਹੀਂ ਕਹਿੰਦਾ ਕਰਨਾ। ਇਹਦੇ ਨਾਲ ਉਹ ਚੰਗਾ ਕਹਿੰਦਾ ਕਿਸੇ ਗਰੀਬ ਘਰ ਦੇ ਵਿੱਚ ਰਿਸ਼ਤਾ ਕਰ ਦੇਵਾਂ ਜਿਹਨਾਂ ਦੀ ਨੀਤ ਚੰਗੀ ਹੋਊਗੀ। ਕਹਿੰਦਾ ਇਹ ਉੱਦਾਂ ਦੇਖਣ ਨੂੰ ਅਮੀਰ ਆ ਪਰ ਇਹਨਾਂ ਦੀ ਨੀਤ ਬੜੀ ਗਰੀਬ ਆ। ਜਿੰਨਾ ਚਿਰ ਇਹਨਾਂ ਦੀ ਨੀਤ ਨਹੀਂ ਠੀਕ ਹੁੰਦੀ ਨਾ, ਉਨਾ ਚਿਰ ਬੰਦਾ ਵੀ ਠੀਕ ਨਹੀਂ ਹੁੰਦਾ। ਤੋ ਸਰਕਾਰ ਦੀ ਜਿੰਨਾ ਚਿਰ ਨੀਤ ਨਹੀਂ ਨਾ ਠੀਕ ਹੁੰਦੀ, ਉਨਾ ਚਿਰ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਨੀਤ ਠੀਕ ਹੋਣੀ ਚਾਹੀਦੀ ਆ। ਤੋ ਅਸੀਂ ਵੀ ਬੈਸਟ ਵਿਸ਼ੇਸ ਭੇਜਦੇ ਹਾਂ, ਦੁਆ ਅਰਦਾਸ ਕਰਦੇ ਹਾਂ ਕਿ ਨੀਤ ਜਿਹੜੀ ਆ ਸਰਕਾਰ ਦੀ ਉਹ ਠੀਕ ਹੋ ਜਾਵੇ। ਆ ਜੋ ਇੱਕ ਪਿਆਰਾ ਜਿਹਾ ਤੁਹਾਨੂੰ ਗੀਤ ਸੁਣਾਉਂਦੇ ਹਾਂ, ਫਿਰ ਹੋਰ ਗੱਲਾਂ ਕਰਾਂਗੇ ਜੀ। ਮੈਨੂੰ ਦੱਸ ਵੇ ਚੰਨਾ, ਕਿੰਨਾ ਤੇਰੇ ਦਿਲ ਚ ਪਿਆਰ ਮੇਰੇ ਲਈ, ਮੈਨੂੰ ਦੱਸ ਵੇ ਚੰਨਾ, ਤਾਰੇ ਗਿਣ ਲੈ ਅੰਬਰਾਂ ਦੇ ਉੱਤੇ, ਜਿੰਨੇ ਤਾਰੇ ਗਿਣ ਲੈ, ਐਨ
ਕਿੰਨਾ ਮੇਰੇ ਦਿਲ ਚ ਪਿਆਰ ਤੇਰੇ ਲਈ ਮੈਨੂੰ ਦੱਸ ਵੇ ਚੰਨਾ ਕਿੰਨਾ ਤੇਰੇ ਦਿਲ ਚ ਪਿਆਰ ਮੇਰੇ ਲਈ ਜਦੋਂ ਦਿਲ ਕਰੇ ਮੇਰਾ ਪਿਆਰ ਅਜ਼ਮਾਲਮੀ ਮੈਂ ਵੀ ਸੀਨਾ ਕਰੂੰ ਪਾਵੇ ਕੱਚ ਤੇ ਨਾ ਚਾਲਵੀ ਜਦੋਂ ਦਿਲ ਕਰੇ ਮੇਰਾ ਪਿਆਰ ਅਜ਼ਮਾਲਮੀ ਮੈਂ ਵੀ ਸੀਨਾ ਕਰੂੰ ਪਾਵੇ ਕੱਚ ਤੇ ਨਾ ਚਾਲਵੀ ਸਾਰਿਆਂ ਸਮੁੰਦਰਾਂ ਦਾ ਪਾਣੀ ਮਿਲ ਲੈ ਇੰਨਾ ਮੇਰੇ ਦਿਲ ਚ ਪਿਆਰ ਤੇਰੇ ਲਈ ਬਾਰ ਮੇਰਾ ਸਾਹ ਨਾਲੋਂ ਵੱਧ ਕੇ ਜ਼ਰੂਰੀ ਹੈ ਪਿਆਰ ਤੇਰਾ ਤੇਰੇ ਬਿਨਾਂ ਮਰ ਜਾਂਗੇ ਯਾਰ ਐਤਬਾਰ ਮੇਰਾ ਸਾਹ ਨਾਲੋਂ ਵੱਧ ਕੇ ਜ਼ਰੂਰੀ ਹੈ ਪਿਆਰ ਤੇਰਾ ਸੱਤਾਂ ਅਸਮਾਨਾਂ ਦੀ ਉਚਾਈ ਮਿਲ ਲੈ ਇੰਨਾ ਮੇਰੇ ਦਿਲ ਚ ਪਿਆਰ ਤੇਰੇ ਲਈ ਏਕਮ ਰੇਡੀਓ ਪ੍ਰੋਗਰਾਮ ਤੁਸੀਂ ਵੇਖੀ ਜਾ ਰਹੇ ਹੋ ਸੁਣੀ ਜਾ ਰਹੇ ਹੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅੱਜ ਦਾ ਸਮਾਂ ਜਿਹੜਾ ਬਿਲਕੁਲ ਸਮਾਪਤੀ 'ਤੇ ਹੈ ਕੋਈ ਵੀ ਤੁਸੀਂ ਰੀਅਲ ਅਸਟੇਟ ਦੀਆਂ ਸਰਵਿਸਿਜ਼ ਲੈਣੀਆਂ ਹੋਣ ਤਾਂ ਮੈਨੂੰ ਬੇਝਿਜਕ ਫੋਨ ਕਰ ਸਕਦੇ ਹੋ ਤੁਹਾਡੇ ਲਈ ਵਧੀਆ ਘਰ ਜ਼ਮੀਨ ਪ੍ਰੋਪਰਟੀ ਕੋਈ ਲੈਣੀ ਆ ਫਾਰਮ ਹਾਊਸ ਲੈਣਾ ਹੈ ਐਮ ਟੂ ਜ਼ੋਨਿੰਗ ਕਮਰਸ਼ੀਅਲ ਕੋਈ ਪ੍ਰੋਪਰਟੀ ਵੇਖ ਰਹੇ ਹੋ ਤਾਂ ਕਾਲ ਕਰ ਲਿਓ 416-425-2227 ਕਿਸਾਨਾਂ ਦੇ ਅੰਦੋਲਨ ਲਈ ਸਾਡੀਆਂ ਬੈਸਟ ਵਿਸ਼ਸ ਨੇ ਤੁਹਾਡੇ ਲਈ ਬੈਸਟ ਵਿਸ਼ਸ ਨੇ ਕੋਵਿਡ 19 ਦੇ ਜਿਹੜੇ ਰੂਲ ਆ ਫੋਲੋ ਰੱਖਿਓ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਜਾਇਓ ਕੋਸ਼ਿਸ਼ ਕਰਿਓ ਘਰ ਰਹੋ ਔਰ ਜੇ ਬਾਹਰ ਜਾਣਾ ਤਾਂ ਮਾਸਕ ਲਾ ਕੇ ਜਾਇਓ ਤੋ ਲਓ ਤੁਹਾਡੇ ਜ਼ਿੰਦਗੀ ਦੇ ਲਈ ਤੁਹਾਡੇ ਜੀਵਨ ਦੇ ਲਈ ਸਾਡੀਆਂ ਬੈਸਟ ਵਿਸ਼ਸ ਨੇ ਹਮੇਸ਼ਾ ਤੁਹਾਡਾ ਵੀਕਐਂਡ ਬਹੁਤ ਚੰਗਾ ਰਹੇ ਸੋਮਵਾਰ ਨੂੰ ਸਭ ਕੁਝ ਠੀਕ ਰਿਹਾ ਅਤੇ 3 ਵਜੇ ਮਿਲਾਂਗੇ ਕੱਲ੍ਹ ਨੂੰ TV ਪ੍ਰੋਗਰਾਮ ਜ਼ਰੂਰ ਵੇਖਿਓ ਵਿਜ਼ਨ 'ਤੇ ਵਧੀਆ ਤੁਹਾਨੂੰ ਇੱਕ ਪ੍ਰੋਗਰਾਮ ਮਿਲੇਗਾ ਔਰ ਫੇਸਬੁੱਕ ਯੂਟਿਊਬ IPTV 24 ਘੰਟੇ ਅਸੀਂ ਚੱਲ ਸੋ ਚੱਲ ਵੇਖਦੇ ਰਿਹਾ ਕਰੋ ਹੁਣ ਸਾਨੂੰ ਇਜਾਜ਼ਤ ਦੇ ਦਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਆਪ ਜਿੱਦਾਂ ਮਰਜ਼ੀ ਖੁਸ਼ ਰਹੋ ਦੂਜਿਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਸਾਚ ਕਹੂੰ ਸੁਣ ਲਿਓ ਸਭ ਹੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਸਤਿ ਸ੍ਰੀ ਅਕਾਲ ਬਾਰ ਮੇਰਾ ਸਾਹ ਨਾਲੋਂ ਵੱਧ ਕੇ ਜ਼ਰੂਰੀ ਹੈ ਪਿਆਰ ਤੇਰਾ ਸੱਤਾਂ ਅਸਮਾਨਾਂ ਦੀ ਉਚਾਈ ਮਿਲ ਲੈ ਇੰਨਾ ਮੇਰੇ ਦਿਲ ਚ ਪਿਆਰ ਤੇਰੇ ਲਈ ਮੈਨੂੰ ਦੱਸ ਵੇ ਚੰਨਾ ਮੇਰੇ ਦਿਲ ਚ ਪਿਆਰ ਤੇ